ਚੱਜਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮੇ ਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟਾਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਲੈ ਕੇ ਹਾਜ਼ਰ ਹਾਂ ਤੇ ਹਰ ਰੋਜ਼ ਦੀ ਤਰ੍ਹਾਂ ਨਾਲ ਨੇ ਮੈਡਮ ਹਰਬੰਥ ਸਿੰਘ ਜੀ ਤੇ ਗੱਲਾਂ ਬਾਤਾਂ ਨੂੰ ਅੱਗੇ ਤੋਰਦੇ ਆ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਹਾਡਾ ਜਿਹੜਾ ਕੱਲ ਨੂੰ ਵਿੱਚ ਪਾ ਕੇ ਤੇ ਅੱਗੇ ਲਗਾਤਾਰ ਤਿੰਨ ਦਿਨ ਮੀਂਹ ਪੈਣਾ ਸੀ ਉਹ ਪੈ ਗਿਆ ਨਹੀਂ ਵੀ ਕੱਲ ਤਾਂ ਨਹੀਂ ਪਿਆ ਪਰ ਮੈਨੂੰ ਇਹ ਪਤਾ ਲੱਗਾ ਵੀ ਗੁਰਦਾਸਪੁਰ ਦੇ ਵੱਲ ਪੈ ਗਿਆ ਕੱਲ ਅੱਛਾ ਜੀ ਇੱਕ ਦੋ ਹੋਰ ਥਾਵਾਂ ਤੇ ਵੀ ਪਿਆ ਅੱਛਾ ਜੀ ਪਰ ਪੂਰੇ ਪੰਜਾਬ ਦੇ ਵਿੱਚ ਜੋ ਭਵਿੱਖਬਾਣੀ ਹੋਈ ਸੀ ਉਵੇਂ ਨਹੀਂ ਹੋਇਆ ਇਸ ਗੱਲ ਦਾ ਮੈਨੂੰ ਵੀ ਅਫਸੋਸ ਆ ਵੀ ਕੱਲ ਚਿਕੜ ਪੁੰਡੀਆਂ ਕੱਢਣ ਵਾਲੀ ਗਰਮੀ ਇੰਨੀ ਗਰਮੀ ਇੰਨੀ ਗਰਮੀ ਵੀ ਕੀ ਕਹੀਏ ਤੇ ਕੀ ਨਾ ਕਹੀਏ ਕੱਲ ਹੀ ਨਹੀਂ ਅੱਜ ਵੀ ਉਨੀ ਗਰਮੀ ਆ ਪਰ ਮੈਂ ਅੱਜ ਇੱਕ ਹੋਰ ਖਬਰ ਪੜ ਕੇ ਆਇਆ ਉਹ ਕਹਿੰਦੇ ਵੀ ਲਗਾਤਾਰ ਤਿੰਨ ਦਿਨ ਪੰਜਾਬ ਦੇ ਵਿੱਚ ਬਦਲਵਾਈ ਰਹਣੀ ਆ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜੀ ਪੰਜਾਬ ਦੇ ਅਧੋਂ ਵੱਧ ਹਿੱਸੇ ਦੇ ਵਿੱਚ ਸ਼ਮ 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 ਬਦਲੀ ਵਰਨੀ ਆ ਤੇ ਕੁਝ ਕਿ ਥਾਵਾਂ ਦੇ ਉੱਤੇ ਛੱਟੇ ਜੇ ਪੈਣੀ ਆ ਹੁਣ ਮੈਨੂੰ ਨਹੀਂ ਪਤਾ ਵੀ ਇਹ ਕੱਲ ਵਾਲਾ ਹੀ ਹਾਲ ਹੋਣਾ ਕਿ ਅੱਜ ਕੁਝ ਵੱਖਰਾ ਹੋਣਾ ਜੀ ਇਹ ਗੱਲਾਂ ਤੁਹਾਡੇ ਪਕੌੜੇ ਜਿਹੜੇ ਆ ਉਹ ਕੈਂਸਲ ਕਰਵਾਈ ਜਾ ਰਹੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਪਕੌੜੇ ਤਾਂ ਖਾਣੇ ਆ ਤਿੰਨ ਦਿਨ ਦਾ ਵਕਤ ਲਿਆ ਸੀਗਾ ਜੀ ਪਕੌੜਿਆਂ ਵਾਲਾ ਮੀਂਹ ਤਾਂ ਪੈਣਾ ਹੀ ਪੈਣਾ ਜੀ ਦੇਖ ਲੈਨੇ ਆ ਕਿਦਣ ਪੈਂਦਾ ਜਿੰਦਣ ਪੈ ਗਿਆ ਟਾਣਾ ਸਭ ਭਾਵੇਂ ਮੈਂ ਦਫ਼ਤਰੋਂ ਚ ਲੇਟ ਨਾ ਹੋ ਜਾ ਤੁਹਾਨੂੰ ਪਕੌੜੇ ਖਵਾ ਦੋ ਆ ਵੀ ਚੰਗਾ ਕੰਮ ਕਰਤਾ ਅਖੇ ਦਫ਼ਤਰ ਭਾਵੇਂ ਮੈਂ ਦੇਰੀ ਨਾਲ ਕਿਉਂ ਨਾ ਆਵਾਂ ਤੇ ਅੱਗੇ ਤਾਂ ਬਹੁਤ ਵੇਲੇ ਸਰ ਆਉਂਦੇ ਹੋ ਟੈਣਾ ਸਾਹਿਬ ਇਹ ਨਹੀਂ ਕਹਿ ਸਕਦੇ ਤੁਸੀਂ ਅੱਜ ਵੀ ਤੁਹਾਡੇ ਤੋਂ ਪਹਿਲਾਂ ਆਈ ਸੀ ਮੈਂ ਹੁਣ ਕਹਿੰਦਾ ਮੈਂ ਕਹਿ ਰਹੀ ਆਂ ਪਰ ਗੱਲ ਇਹ ਹੈ ਵੀ ਬੇहद ਗਰਮੀ ਹੈ ਬੇहद ਜਿਹਨੂੰ ਕਹਿੰਦੇ ਆ ਕਿ ਤੁਸੀਂ ਇੱਕ ਮਿੰਟ ਵੀ ਬਾਹਰ ਨਿਕਲ ਕੇ ਨਹੀਂ ਖੜ ਸਕਦੇ ਪੂਰੀ ਹਨਾ ਪਸੀਨੇ ਦੇ ਨਾਲ ਬੰਦਾ ਭਿੱਜ ਜਾਂਦਾ ਹੈ ਬੁਰਾ ਹਾਲ ਤੇ ਬੌਂਕੇ ਦਿਹਾੜੇ ਹੋਏ ਪੈਨੇ ਤੇ ਉਹਨਾਂ ਲੋਕਾਂ ਨੂੰ ਬੜਾ ਸਲਾਮ ਆ ਜਿਹੜੇ ਲੋਕ ਇਸ ਗਰਮੀ ਦੇ ਵਿੱਚ ਤਿੱਖੜ ਦੁਪਹਿਰ ਦੇ ਵਿੱਚ ਹਮ ਮਿਹਨਤ ਮਜ਼ਦੂਰੀ ਕਰਦੇ ਆ ਜਿਨ੍ਹਾਂ ਦੇ ਗਿੱਟਿਆਂ ਤੱਕ ਜਿਹੜਾ ਉਹ ਮੁੜਕਾ ਚੋਂਦਾ ਹੁੰਦਾ ਸੱਚੀ ਮੁੱਚੀ ਉਹਨਾਂ ਦੀ ਮਿਹਨਤ ਨੂੰ ਸਲਾਮ ਆ ਜੀ ਤੇ ਬਹੁਤ ਸਾਰੇ ਆਪਣੇ ਜਿਹੜੇ ਪਰਿਵਾਰਕ ਜੀ ਨੇ ਉਹ ਕਹਿ ਰਹੇ ਹੋਣਗੇ ਵੀ ਮੈਂ ਫੇਰ ਕੋਟ ਪਾਈ ਬੈਠੀ ਹਾਂ ਤੁਸੀਂ ਨਹੀਂ ਪਾਇਆ ਫਿਰ ਤੂੰ ਦੱਸ ਦੇ ਮੈਂ ਕਾਲਾ ਕੋਟ ਕਿਉਂ ਪਾਇਆ ਇਹ ਕਾਲਾ ਕੋਟ ਇਹਨੇ ਤਾਂ ਪਾਇਆ ਵੀ ਚਾਂਬਲੇ ਹੋਏ ਆ ਹੈ ਉਤੋਂ ਗੱਲ ਇਹ ਆ ਵੀ ਪਹਿਲਾਂ ਸਟੂਡੀਓ ਦੇ ਵਿੱਚ ਏਸੀ ਚੱਲਦਾ ਸੀਗਾ ਤੇ ਉਹਦੇ ਨਾਲ ਗਰਮੀ ਉਨੀ ਮਹਿਸੂਸ ਨਹੀਂ ਹੁੰਦੀ ਤੇ ਮੇਰੀ ਆਰਤ ਤਾਂ ਮੈਂ ਜਿਹੋ ਜਿਹਾ ਕਰੋਂ ਨਾ ਉਹੋ ਜਿਹਾ ਬਹਿ ਜਾਣਾ ਇਹਨਾਂ ਨੂੰ ਛੰਗਣ ਮੰਗਣ ਕਰਨ ਦੀ ਆਰਤ ਹੈ ਟੈਣਾ ਸਾਹਿਬ ਸਾਫ਼ ਤੇ ਸਪਸ਼ਟ ਲਫ਼ਜ਼ਾਂ 'ਚ ਪ੍ਰੋਫੈਸ਼ਨਲਿਜ਼ਮ ਵੀ ਕੋਈ ਚੀਜ਼ ਹੁੰਦੀ ਹੈ ਉਹ ਕੀ ਹੁੰਦਾ ਉਹ ਹੁੰਦਾ ਵੀ ਪ੍ਰੋਫੈਸ਼ਨਲ ਬਣ ਕੇ ਰਹਿਣਾ ਚਾਹੀਦਾ ਬੰਦੇ ਨੂੰ ਨਹੀਂ ਪ੍ਰੋਫੈਸ਼ਨਲ ਕੀ ਹੁੰਦਾ ਪ੍ਰੋਫੈਸ਼ਨਲ ਹੁੰਦਾ ਵੀ ਤੁਸੀਂ ਆਪਣਾ ਕਿੱਤਾ ਮੁਖੀ ਲੱਗਦੇ ਹੋ ਤੁਸੀਂ ਆਪਣੇ ਕਿੱਤੇ ਦੇ ਵਿੱਚ ਡੁੱਬੇ ਹੋਏ ਗੜੁੱਚ ਹੋਏ ਲੱਗਦੇ ਹੋ ਮੈਂ ਬੱਕਰੀਆਂ ਚਾਰਦਾ ਇੱਥੇ ਬਹਿ ਗਿਆ ਤੁਸੀਂ ਵੀ ਪਾ ਕੇ ਬੈਠਿਆ ਕਰੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂ ਨਹੀਂ ਪੈਂਦਾ ਨਾ ਤਾਂ ਕਦੇ ਕੋਟ ਨੇ ਬੋਲਣਾ ਨਾ ਕਦੇ ਕਮੀਜ਼ ਨੇ ਬੋਲਣਾ ਗੱਲਾਂ ਕਰਨੀਆਂ ਖੁਦ ਜੀ ਗੱਲ ਇੱਥੋਂ ਹੋਣੀ ਆ ਆ ਤੁਹਾਡਾ ਗੱਲ ਸਹੀ ਚਾਹੀਦਾ ਤੇ ਆ ਤੁਹਾਡਾ ਦਿਮਾਗ ਸਹੀ ਚਾਹੀਦਾ ਅਸਾਂ ਤੁਹਾਡੀਆਂ ਪੜਨ ਨੂੰ ਠੀਕ ਚਾਹੀਦੀਆਂ ਬਾਕੀ ਜਿਹੜਾ ਨਾ ਅਲੀੜੇ ਐ ਪਾ ਲੋ ਅਲੀੜੇ ਉਹ ਪਾ ਲੋ ਭਾਵੇਂ ਇੱਥੇ ਕੰਬਲ ਲੈ ਕੇ ਬਹਿ ਜਾਓ ਜੇਕਰ ਦਰਸ਼ਕ ਨੂੰ ਗੱਲ ਪਸੰਦ ਆ ਤਾਂ ਪਸੰਦ ਆ ਨਹੀਂ ਗੱਲ ਪਸੰਦ ਆ ਤਾਂ ਬਿਲਕੁਲ ਨਹੀਂ ਪਸੰਦ ਆ ਆਪਾਂ ਐ ਕਰਾਂਗੇ ਸਿਆਲਾਂ ਨੂੰ ਤੁਹਾਨੂੰ ਰਜਾਈ ਲੈ ਕੇ ਦਾਂਗੇ ਇੱਥੇ ਚੌਂਕੜੀ ਮਾਰ ਕੇ ਬਹਿ ਜਾਓ ਤੇ ਇੱਦੀ ਬੈਠ ਕੇ ਗੱਲਾਂ ਕਰਿਆ ਕਰਾਂਗੇ ਮੇਰੀ ਮਰਜ਼ੀ ਵੀ ਹੈ ਨਾ ਇਦਾਂ ਨਹੀਂ ਹੁੰਦਾ ਥੋੜਾ ਜਿਹਾ ਦਿਖਾਉਣਾ ਵੀ ਪੈਂਦਾ ਤੇ ਥੋੜਾ ਜਿਹਾ ਸਮਝਾਉਣਾ ਵੀ ਪੈਂਦਾ ਜ਼ਿੰਦਗੀ ਇੰਨੀ ਵੀ ਸਾਦੀ ਨਾ ਕਰ ਲੋ ਕਿ ਤੁਹਾਨੂੰ ਲੋਕ ਉਹੀ ਸਾਦਾ ਜਾ ਸਮਝਣ ਲੱਗ ਜਾਣ ਵੀ ਇਹ ਪਹਿਲੇ ਕਰਕੇ ਨਹੀਂ ਅਸੀਂ ਅਕਸਰ ਇਹ ਕਹਿੰਦੇ ਆ ਇਹ ਜਿਹੜੀ ਹੈ ਨਾ ਵੀ ਪਹਿਲੀ ਨਜ਼ਰ ਦੇ ਵਿੱਚ ਇਨਸਾਨ ਜਿਹੜਾ ਆ ਉਹਦੇ ਉਹ ਕਹਿ ਲਓ ਵੀ ਉਹ ਪ੍ਰਭਾਵਿਤ ਕਰ ਜਾਂਦਾ ਹੈ ਉਹਦੀ ਉਹਦਾ ਰਹਿਣ-ਬਹਿਣ ਉਹਦਾ ਪਾਇਆ ਜਿਹੜਾ ਕੱਪੜਾ ਹੈ ਉਹ ਤੁਹਾਨੂੰ ਬਹੁਤ ਕੁਝ ਬਹੁਤ ਸੁਨੇਹੇ ਦੇ ਜਾਂਦਾ ਹੈ ਇਹ ਗੱਲਾਂ ਸੱਚੀਆਂ ਨੇ ਟੈਣਾ ਸਾਹਿਬ ਸਿਰਫ ਤੁਹਾਨੂੰ ਕਰਨਾ ਤੁਸੀਂ ਹੋਰ ਕੁਝ ਨਹੀਂ ਕਰਨਾ ਹਾਂਜੀ ਬੇਨਤੀ ਇਹ ਆ ਵੀ 4 ਸਾਲ ਹੋ ਗਏ ਆ ਇੱਥੇ ਬੰਦਿਆਂ ਨੂੰ ਤੇ ਹਾਲੇ ਕਹਿੰਨੇ ਪਹਿਲੀ ਨਜ਼ਰ ਹਾਲੇ 4 ਸਾਲਾਂ ਬਾਅਦ ਨਜ਼ਰ ਹੋਰ ਲੈ ਕੇ ਅੱਗੇ ਸਭ ਨੂੰ ਪਤਾ ਮੈਂ ਕੀ ਹੋ ਜਾ अच्छा जी हां जी पहला तू ही ਨਹੀਂ ਮੰਨਣੀ ਕਿਸੇ ਦੀ ਗੱਲ ਤਾਂ ਇੱਥੇ ਮੁੱਕਦੀ ਆ ਆਪਾਂ ਐਵੇਂ ਇੰਨੀ ਬਹਿਸ ਕਰਦੇ ਸਿੱਧਾ ਕਹੋ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਠੀਕ ਹੈ ਜੀ ਤੇ ਆਪਾਂ ਚਾਹੀਦੇ ਵਿਚਾਰ ਦੀ ਸਾਂਝ ਪਾਈ ਬਿਲਕੁਲ ਹਰਮਨ ਜੀ ਬਹੁਤ ਕਮਾਲ ਦਾ ਚੱਜਦਾ ਵਿਚਾਰ ਆ ਤੁਸੀਂ ਦੱਸਿਓ ਜਾਨਦੇ ਹੋ ਮਨਾ ਕਿ ਜ਼ਿੰਦਗੀ ਕੀ ਰਾਹਾਂ ਆਸਾਨ ਨਹੀਂ ਆਹਾ ਮਨਾ ਕੀ ਜ਼ਿੰਦਗੀ ਕੀ ਰਾਹਾਂ ਆਸਾਨ ਨਹੀਂ ਮਗਰ ਮੁਸਕਰਾ ਕੇ ਚੱਲਨੇ ਮੇ ਵੀ ਤੋ ਕੋਈ ਨੁਕਸਾਨ ਨਹੀਂ ਵਾਹ ਜਦੋਂ ਤੁਰਨਾ ਹੀ ਆ ਜਦੋਂ ਪੈੰਡਾ ਤੈਅ ਕਰਨਾ ਹੀ ਆ ਜਦੋਂ ਇਸ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਔਖਾ ਸੌਖਾ ਵੇਲਾ ਆਉਣਾ ਹੀ ਆ ਤੇ ਫਿਰ ਆਪਾਂ ਮੁਸਕਰਾ ਕੇ ਕਿਉਂ ਨਾ ਚੱਲ ਗਏ ਫਿਰ ਹੱਸਦਿਆਂ ਹੱਸਦਿਆਂ ਆਪਣੀ ਜ਼ਿੰਦਗੀ ਦਾ ਸਫ਼ਰ ਕਿਉਂ ਨਾ ਕੱਢ ਗਏ ਮਰੂ 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 ਟਾਊ 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 ਕਰਨਾ ਪਾਬੰਦ ਕਿਉਂ ਨਾ ਕਰ ਲੀਏ अच्छा जी ठीक है ਤੇ ਆ ਮਤਲਬ ਨੱਚ ਨੱਚ ਕੇ ਕਿਉਂ ਗੱਲ ਸਮਝਾ ਰਿਹਾ ਆਪਾਂ ਮੈਂ ਨੱਚ ਨੱਚ ਕੇ ਦਸੀ ਆ ਮੈਂ ਤਾਂ ਵੈਸੇ ਨਾ ਕਦੇ ਕਦੇ ਰਿਦਮ ਫੜ ਲਈ ਨਾ ਜੀ ਮੈਂ ਨਾ ਬਸ ਗੱਲ ਦੇ ਰੌਂਚ ਵਹਿ ਜਾਣਾ ਇੱਕ ਮੈਨੂੰ ਹੋਰ ਗੱਲ ਚੇਤੇ ਆ ਗਈ ਕਹਿੰਦੇ ਵੀ ਇੱਕ ਵਾਰੀ ਇੱਕ ਸਰਕਸ ਦੇ ਵਿੱਚ ਨਾ ਇੱਕ ਜੋਕਰ ਚੁਟਕਲਾ ਸੁਣਾ ਰਿਹਾ ਸੀ ਨਿੱਕੇ ਨਿੱਕੇ ਬੌਣੇ ਜੇ ਦੇਖ ਦੇਖ ਕੇ ਬੰਦੇ ਵੈਸੇ ਬੱਚੇ ਖਾਸ ਕਰਕੇ ਤਾੜੀਆਂ ਮਾਰਦੇ ਆ ਜੀ ਉਹ ਚੁਟਕਲਾ ਸੁਣਾਇਆ ਉਹਨੇ ਤੇ ਸਾਰੇ ਦਰਸ਼ਕਾਂ ਨੇ ਬਹੁਤ ਤਾੜੀਆਂ ਮਾਰ ਗਿਆ ਵੀ ਕਮਾਲ ਕਰਤੀ ਕਮਾਲ ਅੱਛਾ ਜੀ ਉਹਨੇ 2 ਮਿੰਟ ਬਾਅਦ ਉਹੀ ਚੁਟਕਲਾ ਫੇਰ ਸੁਣਾਤਾ ਹੂੰ ਉਹਨਾਂ ਅੱਧੀਆਂ ਤਾੜੀਆਂ ਰਹਿ ਗਈਆਂ ਹੂੰ ਉਹਨੇ 5 ਮਿੰਟ ਬਾਅਦ ਉਹੀ ਛੋਟਕਲਾ ਫੇਰ ਸੁਣਾਉਣਾ ਸ਼ੁਰੂ ਕਰਤਾ ਜੀ ਦਰਸ਼ਕਾਂ ਦੇ ਵਿੱਚੋਂ ਇੱਕ ਬੰਦਾ ਉੱਠਿਆ ਉਹ ਕਹਿੰਦਾ ਵਾਰ-ਵਾਰ ਇੱਕੋ ਛੋਟਕਲਾ ਕਿਉਂ ਸੁੜਾਈ ਜਾਣਾ ਇਹ ਹੁਣ ਸਾਨੂੰ ਹਾਸਾ ਨਹੀਂ ਆਉਂਦਾ ਕੋਈ ਬਦਲ ਵੀ ਲੈ ਕਹਿੰਦਾ ਬਸ ਮੈਂ ਇਹੀ ਦੱਸਣਾ ਚਾਹੁੰਦਾ ਸੀਗਾ ਵੀ ਜੇਕਰ ਇੱਕੋ ਗੱਲ ਦੇ ਨਾਲ ਤੁਹਾਨੂੰ ਵਾਰ-ਵਾਰ ਖੁਸ਼ੀ ਨਹੀਂ ਮਿਲਦੀ ਤਾਂ ਜਦੋਂ ਕੋਈ ਦੁੱਖ ਦੀ ਗੱਲ ਹੁੰਦੀ ਹੈ ਤਾਂ ਵਾਰ-ਵਾਰ ਸਾਰੀ ਉਮਰ ਦੁੱਖ ਹੀ ਕਿਹੜੀ ਗੱਲ ਹੋਈ ਜਾਂਦੀ ਹੈ ਵਾਹ ਕੀ ਬਾਤ ਜੇਕਰ ਖੁਸ਼ੀ ਆਪਾਂ ਕਹਿੰਦੇ ਵੀ ਇੱਕ ਵਾਰੀ ਹੋ ਗਈ ਤੇ ਬਾਅਦ ਵਿੱਚ ਆਪਾਂ ਭੁੱਲ ਜਾਂਦੇ ਆ ਤਾਂ ਫਿਰ ਦੁੱਖ ਨੂੰ ਵੀ ਸਾਰੀ ਉਮਰ ਚੇਤੇ ਰੱਖਿਆ ਕਰੋ ਇਹ ਦੁੱਖ ਨੇ ਤਾਂ ਆਉਣਾ ਜਾਣਾ ਹੀ ਆ ਸੁੱਖ ਨੇ ਵੀ ਆਉਣਾ ਜਾਣਾ ਹੀ ਆ ਉਹ ਆ ਨਾ ਮੈਂ ਤੁਹਾਨੂੰ ਵਾਰ-ਵਾਰ ਇਸੇ ਕਰਕੇ ਚੁਟਕਲਾ ਸੁਣਾਉਂਦਾ ਸੀ ਵਾਹ ਕੀ ਬਾਤ ਹੈ ਬਹੁਤ ਸੋਹਣੀ ਗੱਲ ਕੀਤੀ ਹੈ ਟਾਣਾ ਸਾਹਿਬ ਮੈਂ ਜਿਹੜਾ ਚਾਹਦਾ ਵਿਚਾਰ ਲੈ ਕੇ ਆਇਆ ਤੁਸਾਂ ਤਾਂ ਕਹਿਣਾ ਨੇ ਵੀ ਸੁਣਾਓ ਮੈਂ ਆਪ ਵੀ ਸਾਂਝਾ ਕਰ ਦਿੰਨੀ ਆ ਇਹ ਪਹਿਲਾ ਪ੍ਰਾਣੀ ਆ ਹਰਮਨ ਸਿੰਘ ਜੀ ਵੀ ਜਿਹੜੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੱਸ ਪੈਂਦੇ ਆ ਮੇਰਾ ਚਾਚਾ ਦਾ ਵਿਚਾਰ ਛੋਟਾ ਜਾ ਜਿਆਦਾ ਨਹੀਂ ਹੋ ਗਈ। ਤਾਂ ਗੱਲ ਬਣੀ ਸੀ। ਸ਼ੁਰੂ ਕਰੋ। ਵਿਆਹ ਜੀ ਦੇ ਹਾਅ ਭਾਅ ਵੇਖ ਕੇ ਹੱਸੀ ਸੀ। ਹੁਣ ਕੈਮਰਾ ਇੱਕ ਇੱਕ ਚੀਜ਼ ਨੂੰ ਨਹੀਂ ਕਵਰ ਕਰ ਸਕਦਾ। ਇੱਕ ਇੱਕ ਚੀਜ਼ ਨਹੀਂ ਵੇਖ ਸਕਦਾ ਜੋ ਅੱਖਾਂ ਵੇਖ ਸਕਦੀਆਂ ਨੇ ਟਾਣਾ ਸਾਹਿਬ। ਮੇਰੇ ਛੱਗੇ ਤੇ ਮੀਨਾ ਕਾਰੀ ਕੀਤੀ ਜਿਹੜਾ ਨਹੀਂ ਦੱਸਦਾ। ਓ ਨਹੀਂ ਮੇਰੇ ਚਾਹੀਦੇ ਵਿਚਾਰ ਤੇ ਆਪਾਂ ਆਉਣੇ ਆ ਜਿਹੜਾ ਚਾਹੀਦਾ ਵਿਚਾਰ ਮੈਂ ਲੈ ਕੇ ਆਈਆਂ ਕਹਿੰਦੇ ਕਿ ਜਿਹੜੇ ਸੱਚੇ ਰਿਸ਼ਤੇ ਨੇ। ਜਿਹੜੇ ਸੱਚੇ ਰਿਸ਼ਤੇ ਨੇ ਉਹ ਦੋ ਚੀਜ਼ਾਂ ਤੋਂ ਇਲਾਵਾ ਹੋਰ ਕੁਝ ਨਹੀਂ ਮੰਗਦੇ। ਦੋ ਚੀਜ਼ਾਂ ਮੰਗਦੇ ਹੋਰ ਕੁਝ ਨਹੀਂ ਮੰਗਦੇ। ਜੀ। ਹਾਂਜੀ। ਕੀ ਭਲਾ? ਕੀ ਭਲਾ? ਸਮਾਂ ਸਮਾਂ ਤੇ ਸੱਚਾਈ। ਸਮਾ ਤੇ ਸੱਚਾਈ ਜੀ ਸੱਚੇ ਰਿਸ਼ਤੇ ਸਿਰਫ ਦੋ ਚੀਜ਼ਾਂ ਮੰਗਦੇ ਨੇ ਸਮਾ ਤੇ ਸੱਚਾਈ ਬਹੁਤ ਖੂਬਸੂਰਤ ਗੱਲ ਆ ਸਮਾ ਦੇਣਾ ਚਾਹੀਦਾ ਜੀ ਸੱਚ ਦੇ ਅੰਗ ਸੰਗ ਰਹਿਣਾ ਚਾਹੀਦਾ ਜੀ ਕਈ ਵਾਰੀ ਬੰਦਾ ਸਮਾ ਨਹੀਂ ਦਿੰਦਾ ਕਈ ਵਾਰ ਸੱਚ ਨਹੀਂ ਮਿਲਦਾ ਹੂੰ ਸੋ ਇਸ ਕਰਕੇ ਸੱਚ ਤੇ ਕੱਟ ਹਮੇਸ਼ਾ ਬੰਦੇ ਨੂੰ ਚੁਣਦੇ ਆ ਨਹੀਂ ਮੇਰੇ ਕਹਿਣ ਦਾ ਮਕਸਦ ਇਹ ਸੀ ਟਾਣਾ ਸਾਹਿਬ ਕਿ ਅਕਸਰ ਅਸੀਂ ਰਿਸ਼ਤੇ ਬਣਾ ਲੈਂਦੇ ਆ ਪਰ ਉਹਨਾਂ ਰਿਸ਼ਤਿਆਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਓਲੇ ਨਾਲ ਰੱਖ ਲੈਂਦੇ ਆ ਕਿ ਨਹੀਂ ਆਹ ਨਾ ਪਤਾ ਲੱਗ ਜੇ ਆਹ ਨਹੀਂ ਦੱਸਣਾ ਹੀ ਨਹੀਂ ਫਿਰ ਜੇਕਰ ਤੁਸੀਂ ਕਿਸੇ ਤੋਂ ਰਿਸ਼ਤਾ ਬਣਾਉਣ ਤੋਂ ਬਾਅਦ ਵੀ ਕੋਈ ਝੂਠ ਬੋਲਣਾ ਹੈ ਕੋਈ ਓਲਾ ਰੱਖਣਾ ਹੈ ਤਾਂ ਫਿਰ ਰਿਸ਼ਤਾ ਨਾ ਬਣਾਓ ਜੇ ਕਿਸੇ ਨਾਲ ਰਿਸ਼ਤਾ ਬਣਾ ਲਿਆ ਹੈ ਤਾਂ ਉਸ ਰਿਸ਼ਤੇ ਨੂੰ ਤੰਦ ਹੀ ਨਾਲ ਨਭਾਓ ਉਸ ਰਿਸ਼ਤੇ ਦੇ ਵਿੱਚ ਕੋਈ ਓਲਾ ਨਾ ਹੋਵੇ ਉਸ ਰਿਸ਼ਤੇ ਦੇ ਵਿੱਚ ਕਦੇ ਵੀ ਝੂਠ ਨਾ ਹੋਵੇ ਤੇ ਉਸ ਰਿਸ਼ਤੇ ਦੇ ਵਿੱਚ ਕਦੇ ਵੀ ਤੁਸੀਂ ਧੋਖਾ ਨਾ ਕਰੋ ਕਿਸੇ ਦੇ ਨਾਲ ਇਸ ਲਈ ਨਹੀਂ ਤਾਂ ਰਿਸ਼ਤਾ ਨਾ ਬਣਾ ਬਿਲਕੁਲ ਸਹੀ ਗੱਲ ਆ ਜੀ ਬਹੁਤ ਕਮਾਲ ਦੀ ਗੱਲ ਕਹੀ ਆ ਸ਼ੁਕਰੀਆ ਹੁਣ ਵਕਫਾ ਲੈ ਲਈ ਜੀ ਲੈ ਲਓ ਤਾਣਾ ਸਾਹਿਬ ਮਾਸਕ ਪਾਉਣੇ ਹੁੰਨੇ ਬਿਲਕੁਲ ਪਾਉਣਾ ਜਦੋਂ ਵੀ ਭੀੜ ਭੜੱਕੇ ਵਾਲੀ ਥਾਂ ਤੇ ਖਾਸ ਤੌਰ ਦੇ ਉੱਪਰ ਤੁਸੀਂ ਜਾਣਦੇ ਹੋ ਤੇ ਉਦੋਂ ਸੋਸ਼ਲ ਡਿਸਟੈਂਸਿੰਗ ਦਾ ਮਾਸਕ ਪਾਉਣ ਦਾ ਇਹ ਸਾਰੀਆਂ ਗੱਲਾਂ ਦਾ ਖਿਆਲ ਰੱਖਦੇ ਹੋ ਹੱਥ ਸੈਨੀਟਾਈਜ਼ ਕਰਦੇ ਹੋ 100 1 ਫੀਸ ਦੀ ਮੈਂ ਮਾਸਕ ਪਾਉਣਾ ਜੀ ਤੇ ਮੈਂ ਤਾਂ ਮੂੰਹ ਦੇ ਉੱਤੇ ਹੁਣ ਰਮਾਲ ਹੀ ਬੰਨ ਲੈਣਾ ਤੁਹਾਨੂੰ ਪਤਾ ਹੈ ਵੀ ਸਾਡੇ ਇੱਥੋਂ ਦੀ ਪੁਲਿਸ ਸਾਡੇ ਭਾਰਤ ਦੀ ਪੁਲਿਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਖਤ ਹੋਈ ਹੋਈ ਹੈ ਇਹਨਾਂ ਮਾਮਲਿਆਂ ਦੇ ਵਿੱਚ ਉਹ ਬਿਲਕੁਲ ਕੁਤਾਹੀ ਵਰਤਣ ਵਾਲੇ ਨੂੰ ਨਾ ਬਖਸ਼ ਨਹੀਂ ਰਹੀ ਉਹਦਾ ਕਾਰਨ ਇਹ ਹੈ ਵੀ ਲੋਕ ਕਤਾਹੀ ਵਰਤਦੇ ਵੀ ਬਹੁਤ ਆ। ਹੂੰ। ਕੱਲੇ ਪੰਜਾਬ ਦੇ ਵਿੱਚ 67 ਦਿਨਾਂ ਦੇ ਵਿੱਚ ਪਤਾ ਲੱਗਾ ਜੀ ਕਿ 15 ਕਰੋੜ ਰੁਪਏ ਦਾ ਜੁਰਮਾਨਾ ਪੰਜਾਬੀਆਂ ਨੂੰ ਸਿਰਫ ਤੇ ਸਿਰਫ ਹੂੰ ਮਾਸਕ ਨਾ ਪਹਿਨਣ ਕਰਕੇ ਹੋ ਗਿਆ। ਜੀ। ਮਤਲਬ ਇਹ ਆ ਕਿ 20-25 ਰੁਪਈਆ ਦਾ ਆਪਾਂ ਮਾਸਕ ਨਹੀਂ ਪਹਿਨਣਾ ਤੇ 500 ਰੁਪਈਆ ਦਾ ਸੀ ਜੁਰਮਾਨਾ ਦੇ ਦੇਣਾ। ਜੀ ਤੇ ਮੈਂ ਆਪਣੇ ਪ੍ਰੋਗਰਾਮ ਦੇ ਰਾਹੀਂ ਨਾ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਵਸਦੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੀ ਜਿਨ੍ਹਾਂ ਦੇ ਘਰੇ ਵੀ گاਵਾ, ਮੱਜਾਂ ਜਾਂ ਹੋਰ ਪਸ਼ੂ ਰੱਖੇ ਹੋਏ ਨੇ ਜਾਂ ਇਵਨ ਘਰਾਂ ਦੇ ਵਿੱਚ ਕੁੱਤੇ ਵੀ ਨੇ ਉਹਨਾਂ ਦੇ ਵੀ ਮਾਸਕ ਜ਼ਰੂਰ ਪਾਓ। ਉਹ ਕਿਉਂ? ਸਾਡੀ ਪੁਲਿਸ ਸਖਤ ਹੈ ਉਹ ਸਾਡੀ ਪੁਲਿਸ ਇੰਨੀ ਵੀ ਨਹੀਂ ਸਖਤ ਵੀ ਭਾਈ ਕੁੱਤਿਆਂ ਦੇ ਮਾਸਕ ਪਾ ਦਿਓ ਟੇਣਾ ਸਾਹਿਬ ਇਹ ਤਾਂ ਮਰੇ ਤੁਸੀਂ ਖਬਰਾਂ ਨਹੀਂ ਪੜਦੇ ਨਹੀਂ ਮੈਂ ਖਬਰਾਂ ਪੜਦਾ ਮੇਰੇ ਜੰਨੀਆਂ ਕੋਣ ਪੜਦਾ ਪਰ ਗੱਲ ਅਸਲ ਦੇ ਵਿੱਚ ਇਹ ਵੀ ਬੰਦੇ ਪਹਿਲਾਂ ਪਾਉਣੇ ਸ਼ੁਰੂ ਕਰ ਦੇਣ ਬੰਦਾ ਨਾ ਕੋਈ ਵੀ ਅਣਗਹਿਲੀ ਵਰਤੇ ਕੁੱਤੇ ਦਾ ਤਾਂ ਫਿਰ ਵੀ ਬਚਾਅ ਹੋ ਜਾਊਗਾ ਟੇਣਾ ਸਾਹਿਬ ਜੇ ਯੂਪੀ ਦੇ ਵਿੱਚ ਆ ਕੁਝ ਹੋ ਸਕਦਾ ਤਾਂ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਤੁਹਾਨੂੰ ਪਤਾ ਉਹ ਯੂਪੀ ਹੈਗਾ ਭਾਰਤ ਦਾ ਸਭ ਤੋਂ ਵੱਡਾ ਸੂਬਾ ਯੂਪੀ ਦੇ ਵਿੱਚ 3600 ਕਿ ਸਮਝੀਆਂ ਇਹੋ ਜੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਸੁਣ ਸੁਣ ਕੇ ਪੜ ਪੜ ਕੇ ਹਾਸਾ ਆਉਂਦਾ ਜੀ ਤੇ ਇਹੋ ਜਿਹੀ ਖਬਰ ਹੁਣ ਫੇਰ ਸਾਹ ਦਕਾਨਪੁਰ ਦੇ ਵਿੱਚ ਬੇਕੋਨ ਗੰਜ ਬੇਕੋਨ ਗੰਜ ਜੀ ਇੱਕ ਜਗ੍ਹਾ ਹੈ ਜਿੱਥੇ ਕਹਿੰਦੇ ਇੱਕ ਬੱਕਰੀ ਉਹਨੇ ਮਾਸਕ ਨਹੀਂ ਸਿਪਾਇਆ ਹੋਇਆ ਤੇ ਉਹਦਾ ਚਲਾਨ ਕੱਟ ਦਿੰਦਾ ਦੇਖੋ ਵੀ ਮੈਨੂੰ ਤਾਂ ਕਦੇ-ਕਦੇ ਇਹ ਆਉਂ ਲੱਗਦਾ ਵੀ ਜਿਸ ਤਰੀਕੇ ਨਾਲ ਪੁਲਿਸ ਸਖਤ ਹੋਈ ਜਾਣਾ ਜੀ ਇਹ ਬੇਕੋਨ ਗੰਜ ਦੀ ਪੁਲਿਸ ਆ ਜਿਹੜੀ ਉਹ ਡਾਈਪਰ ਵੀ ਬੱਕਰੀ ਦੇ ਜ਼ਰੂਰ ਲਵਾਓ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਨਾ ਉਹਨਾਂ ਨੇ ਕਿਹਾ ਵੀ ਮਾਸਕ ਵੀ ਪਾਓ ਤੇ ਡਾਈਪਰ ਵੀ ਆਪਦੇ ਪਸ਼ੂ ਪੰਛੀਆਂ ਦੇ ਜ਼ਰੂਰ ਲਾਓ ਉਹ ਕਹਿੰਦੇ ਵੀ ਅਸੀਂ ਗੰਦ ਨਹੀਂ ਪੈਣ ਦੇਣਾ ਅਸੀਂ ਕੋਰੋਨਾ ਨਹੀਂ ਫੈਲਣ ਦੇਣਾ ਅਸੀਂ ਬਹੁਤ ਸਖਤੀ ਕੀਤੀ ਹੋਈ ਹੈ ਤੇ ਸਖਤੀ ਨੂੰ ਲੇ ਇਹਨੂੰ ਕਹਿੰਦੇ ਵੀ ਤੂੰ ਕਿੱਧਰ ਟੁਰੀ ਫਿਰਦੀ ਆ ਮਾਸਕ ਤੂੰ ਪਾਇਆ ਨਹੀਂ ਉਹਨੇ ਮੈਂ ਮੈਂ ਕਰਕੇ ਕਾਫੀ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵਾਲਿਆਂ ਨੂੰ ਸਮਝ ਨਹੀਂ ਆਈ ਪੁਲਿਸ ਵਾਲਿਆਂ ਨੇ ਬੱਕਰੀ ਨੂੰ ਫੜਨ ਦੇ ਮੌਕੇ ਪੁੱਛਿਆ ਹੋਣਾ ਵੀ ਮਾਸਕੀ ਨੇ ਪਾਣ ਚੋ ਕਿ ਮੈਂ ਹੂੰ ਟੋਕੇ ਫਿਰ ਪਾਇਆ ਕਿਉਂ ਨਹੀਂ ਹੂੰ ਉਹ ਕਹਿੰਦੇ ਤੂੰ ਪਾਉਣਾ ਸੀਗਾ ਨਿਯਮਾਂ ਦੀ ਉਲੰਘਣਾ ਕਰੇਂਗੀ ਤੈਨੂੰ ਬੜਾ ਕੇ ਖਾ ਜਾਾਂਗੇ ਹੈ ਸ਼ਾਇਦ ਉਹ ਨਹੀਂ ਆਏ ਵੀ ਕੀ ਹੋਵੇ ਇਹ ਸਾਡੇ ਕੋਲੇ ਕੁੱਕਰ ਹੈਗਾ ਸਾਡੇ ਕੋਲੇ ਕੜਾਹਿਆ ਹੈਗਾ ਅਸੀਂ ਤਾਂ ਤੈਨੂੰ ਖਾ ਜਾਾਂਗੇ ਬਸ ਬਿਲਕੁਲ ਉਹਨਾਂ ਨੇ ਕਿਹਾ ਹੋਣਾ ਨਿਯਮਾਂ ਦੀ ਉਲੰਘਣਾ ਕਿਹਨੇ ਕੀਤੀ ਉਹਨੇ ਕਿਹਾ ਹੋਣਾ ਮੈਂ ਹਾਂ ਤਾਂ ਬਸ ਹੋ ਗਈ ਤੇ ਗੱ ਸੱਚ ਕਬੂਲ ਲਿਆ ਤੇ ਗੱਲ ਖਤਮ ਹੋ ਗਈ ਪਤਾ ਇਹ ਲੱਗਾ ਜੀ ਕਿ ਇੱਥੇ ਨਾ ਪੁਲਿਸ ਮੁਲਾਜ਼ਮਾਂ ਨੇ ਇੱਕ ਬੱਕਰੀ ਨੂੰ ਗ੍ਰਿਫਤਾਰ ਕੀਤਾ ਤੇ ਉਹਨੂੰ ਥਾਣੇ ਲਿਆਏ ਜੀ ਜਦੋਂ ਬੱਕਰੀ ਦੇ ਮਾਲਕ ਨੂੰ ਪਤਾ ਲੱਗਾ ਵੀ ਭਾਈ ਮੇਰੀ ਬੱਕਰੀ ਨੂੰ ਤਾਂ ਲੈ ਗਏ ਥਾਣੇ ਵਾਲੇ ਉਹ ਬੰਦਾ ਵਿਚਾਰਾ ਉੱਥੇ ਗਿਆ ਉੱਥੇ ਜਾ ਕੇ ਉਹਨੇ ਪੁੱਛਿਆ ਵੀ ਗੱਲ ਕੀ ਹੈ ਮੇਰੀ ਬੱਕਰੀ ਨੂੰ ਕਿਹੜੀ ਗੱਲੋਂ ਗ੍ਰਿਫਤਾਰ ਕੀਤਾ ਇਹਨੇ ਕਿਹੜਾ ਗੁਨਾਹ ਕੀਤਾ ਇਹਨੇ ਕਿਹੜਾ ਬੰਦਾ ਮਾਰਤਾ ਉਹ ਕਹਿੰਦੇ ਵੀ ਇਹਦੇ ਮਾਸਕ ਨਹੀਂ ਸੀ ਪਾਇਆ ਅੱਛਾ ਹੁਣ ਤਾਂ ਲੋਕ ਕੁੱਤਿਆਂ ਦੇ ਵੀ ਮਾਸਕ ਪਾਉਣ ਲੱਗ ਪਏ ਤੁਸੀਂ ਆਉਦੀ ਬੱਕਰੀ ਦੇ ਕਿਉਂ ਨਹੀਂ ਪਾਇਆ ਉਹ ਬੰਦਾ ਕਹਿੰਦਾ ਜੀ ਇਹ ਘਰ ਦੇ ਵਿੱਚੋਂ ਕਿਤੇ ਜਾਂਦੀ ਮੈਂ ਤਾਂ ਕਰੇ ਆ ਉਹ ਮਿੰਗਣ ਚੱਕੀ ਮੈਂ ਕਰੇ ਰਹੀ ਆ ਉਹ ਮਿੰਗਣ ਚੱਕੀ ਮੇਰਾ ਕੋਈ ਕਸੂਰ ਨਹੀਂ ਮੈਂ ਇਸੇ ਕੰਮ ਲੱਗਾ ਪਿਆ ਮੈਨੂੰ ਤਾਂ ਆ ਰਹੀਏ ਹੋਰ ਲਾ ਛੱਡਦੀ ਆ ਉਹ ਕਹਿੰਦੇ ਵੀ ਨਾ ਐਦਾਂ ਨਹੀਂ ਕਹਿੰਦੇ ਵੀ ਅਸਲ ਦੇ ਵਿੱਚ ਇੱਕ ਫਲਾਣੀ ਥਾਂ ਦੇ ਉੱਤੇ ਬੰਦਾ ਬੱਕਰੀ ਲਈ ਜਾਂਦਾ ਸੀ ਉਹਨੇ ਮਾਸਕ ਨਹੀਂ ਸੀ ਪਹਿਨੇ ਅੱਛਾ ਜੀ ਅਸੀਂ ਉਹਨੂੰ ਫੜਨਾ ਸੀਗਾ ਉਹ ਬੱਕਰੀ ਛੱਡ ਕੇ ਭੱਜ ਗਿਆ ਅੱਛਾ ਉਹ ਭੱਜ ਗਿਆ ਅਸੀਂ ਇੱਕ ਬੱਕਰੀ ਫੜ ਲਏ ਨੇ ਹਾਂ ਬੱਕਰੀ ਫੜ ਕੇ ਅਸੀਂ ਥਾਣੇ ਦੇ ਵਿੱਚ ਲੈ ਆਏ ਹਾਂ ਉਹ ਬਸ ਇਦਾਂ ਦੀ ਗੱਲ ਹੈਗੀ ਆ ਪਰ ਪੁਲਿਸ ਵਾਲਿਆਂ ਨੇ ਉਹਨੂੰ ਹਦਾਇਤ ਜਾਰੀ ਕੀਤੀ ਆ ਸੋਸ਼ਲ ਮੀਡੀਆ ਦੇ ਉੱਤੇ ਇਸ ਪੁਲਿਸ ਥਾਣੇ ਦੇ ਕਰਮਚਾਰੀਆਂ ਅਧਿਕਾਰੀਆਂ ਦੀ ਖਿੱਲੀ ਬਹੁਤ ਉੱਡ ਰਹੀ ਆ ਤੇ ਹੁਣ ਉਹਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਅਸੀਂ 마ਸਕ ਭਾਈ ਦੋ ਲੈ ਲਾਂਗੇ ਕਦੇ ਮੈਂ ਪਹਿਨ ਲਿਆ ਕਦੇ ਬੱਕਰੀ ਨੇ ਸ਼ੁਕਰ ਕਰੋ ਵੀ ਕਿਤੇ ਐ ਨਹੀਂ ਹੋਇਆ ਵੀ ਉਹਨਾਂ ਨੇ ਥਾਣੇ ਚ ਆਉਣ ਤੋਂ ਪਹਿਲਾਂ ਬੱਕਰੀ ਨੂੰ ਕਿਹਾ ਹੋਵੇ ਵੀ ਤੂੰ ਸੈਨੀਟਾਈਜ਼ਰ ਲਾਇਆ ਪਹਿਲਾਂ ਇਹ ਵਰਤ ਫਿਰ ਤੈਨੂੰ ਅੰਦਰ ਆਉਣ ਦਿਆਂਗੇ ਬਿਲਕੁਲ ਸਹੀ ਆ ਕਹਿਣਾ ਚਾਹੀਦਾ ਇਦਾਂ ਬਿਲਕੁਲ ਕਹਿਣਾ ਚਾਹੀਦਾ ਵੀ ਮੈਂ ਹੈਰਾਨ ਹਾਂ ਟਹਿਣਾ ਸਾਹਿਬ ਵੀ ਕਦੀ ਤਾਂ ਗਧੇ ਨੂੰ ਫੜ ਕੇ ਥਾਣੇ ਲਿਆਉਂਦੇ ਨੇ ਕਦੇ ਕੁਝ ਹੋ ਜਾਂਦਾ ਕਦੇ ਕੁਝ ਵੀ ਇੰਨੀ ਵਹਿਲੀ ਪੁਲਿਸ ਆ ਵੀ ਬੰਦਿਆਂ ਦੇ ਜਿਹੜੇ ਜੁਰਮਾ ਉਹ ਤਾਂ ਮੁੱਕ ਗਏ ਹੁਣ ਕਦੇ ਪਸ਼ੂ ਪੰਛੀਆਂ ਨੂੰ ਫੜ ਫੜ ਕੇ ਅੰਦਰ ਕਰਾਂਗੇ ਅਸੀਂ ਬਸ ਚੱਲਦਾ ਮੇਰੇ ਮਹਾਨ ਭਾਰਤ ਦੇ ਵਿੱਚ ਇਦਾਂ ਹੁੰਦਾ ਜੀ ਅਸੀਂ ਐਂ ਹੀ ਕਰਦੇ ਹੁੰਨੇ ਆ ਸਾਡਾ ਵਿਕਦਾ ਹੈ ਸੋ ਹੁਣ ਬਚ ਕੇ ਰਹੋ ਜੀ ਗਾਵਾਂ ਮੱਜਾਂ ਦੇ ਵੀ ਮਾਸਕ ਖਰੀਦ ਲਓ ਕੋਈ ਪਤਾ ਨਹੀਂ ਕਿਦਾਂ ਥੋੜੇ ਨਾਲ ਪਰ ਤੁਸੀਂ ਹਰਮਨ ਦੇ ਦੇਖੋ ਵੀ ਸਮਾਂ ਕਿਵੇਂ ਹੈ ਨਾ ਸਮੇਂ ਨੇ ਪਲਟੀ ਕਿਵੇਂ ਮਾਰ ਗਿਆ ਕੁਝ ਇੱਕ ਸਾਲ ਪਹਿਲਾਂ ਤੱਕ ਅਸੀਂ ਕਹਿੰਦੇ ਹੁੰਦੇ ਸੀ ਵੀ ਪਸ਼ੂਆਂ ਦੇ ਮੂੰਹ ਦੇ ਉੱਤੇ ਕਪੜਾ ਬੰਨੋ ਛਕਲਾ ਬੰਨੋ ਕਿਉਂਕਿ ਮਿੱਟੀ ਨਾ ਖਾ ਜਾਣ ਇਹ ਕਿਤੇ ਉਰੇ ਪਰੇ ਮੂੰਹ ਨਾ ਮਾਰ ਦੇਣ ਅੱਜ ਪਸ਼ੂਆਂ ਦੇ ਮੂੰਹ ਦੇ ਉੱਤੇ ਹੈ ਨਹੀਂ ਬੰਦਿਆਂ ਦੇ ਮੂੰਹ ਦੇ ਉੱਤੇ ਆ ਵਾਹ ਬਿਲਕੁਲ ਸਹੀ ਸਮੇਂ ਨੇ ਪਲਟੀ ਦੇਖੋ ਮਾਰੀ ਇਸ ਮਾਸਕ ਦੇ ਕਰਕੇ ਲਿਪਸਟਿਕਾਂ ਦੀ ਜਿਹੜੀ ਵਰਤੋਂ ਉਹ ਬਹੁਤ ਘਟ ਗਈ ਹੈ ਇਸ ਕਾਰੋਬਾਰ ਨੂੰ ਬਹੁਤ ਵੱਡੇ ਪੱਧਰ ਤੇ ਸਨ ਲੱਗੀ ਕੰਪਨੀਆਂ ਨਾ ਉਹਨਾਂ ਦਾ ਤਰਾਹ ਨਿਕਲਿਆ ਪਿਆ ਉਹ ਕਹਿੰਦੇ ਵੀ ਬੁੜੀਆਂ ਨੇ ਕੁੜੀਆਂ ਨੇ ਵਰਤਣੀ ਹੁੰਦੀ ਆ ਮੂੰਹ ਦੇ ਉੱਤੇ ਐ ਟਾਕੇ ਰੱਖਣਾ ਬੰਨ ਕੇ ਰੱਖਣਾ ਲੀੜਾ ਤੇ ਫਿਰ ਕਿਹਨੇ ਕਿਹਨੂੰ ਦਿਖਾਉਣੀ ਆ ਇਸ ਕਰਕੇ ਭਾਈ ਉਹ ਕਹਿੰਦੇ ਵੀ ਹੁਣ ਤਾਂ ਆਪਾਂ ਮਸਕਾਰੀ ਵੇਚਾਂਗੇ ਹੁਣ ਤਾਂ ਆਪਾਂ ਕੁਝ ਹੋਰ ਵੇਚ ਲਾਂਗੇ ਕੋਈ ਝੁਮਕੇ ਬੁੰਦੇ ਕੁਝ ਹੋਰ ਵੇਚਾਂਗੇ ਇਹ ਤਾਂ ਕੰਮ ਬੰਦ ਆ ਨਹੀਂ ਚੈਂਬਰ ਸੂਈ ਵੀ ਚੈਂਬਰ ਸੂਈ ਵੀ ਨਹੀਂ ਜਿਹਨੇ ਜਲੇਬੀ ਜੂੜਾ ਕਰਨਾ ਉਹਦੇ ਵਿੱਚ ਵੀ ਕੁਝ ਟੰਗੜਾ ਹੁੰਦਾ ਉਹ ਵੇਚ ਲਾਂਗੇ ਨਹੀਂ ਪਟਨਾ ਸਾਹਿਬ ਤੁਹਾਨੂੰ ਬੜਾ ਪਤਾ ਇਹਨਾਂ ਖਬਰਾਂ ਦਾ ਮੈਨੂੰ ਮੈਂ ਧਰਤੀ ਦੇ ਉੱਤੇ ਨਹੀਂ ਰਹਿੰਦਾ ਉਦਾਂ ਵੀ ਮਸਕਾਰੇ ਨਹੀਂ ਵਿਕਣੇ ਆ ਤੇ ਇਹ ਹੋਣਾ ਉਹ ਹੋਣਾ ਇਹ ਗੱਲਾਂ ਤੁਹਾਨੂੰ ਬੜੀਆਂ ਪਤਾ ਨੇ ਮੈਨੂੰ ਸਾਰਾ ਪਤਾ ਅੱਛਾ ਹਾਂ ਹੋਰ ਕੀ ਕੀ ਵੇਚਣਾ ਸ਼ੁਰੂ ਕਰਨਾ ਬੜਾ ਪਸੰਦ ਆ ਮੈਂ ਹੱਦ ਹੋ ਗਈ ਜੇ ਰਾਮਦੇਵ ਕਹਿੰਦਾ ਵੀ ਭਾਈ ਮੈਂ ਬਾਬਾ ਇਹ ਕਹਿ ਕੇ ਤੇ ਉਹ ਕੱਜਲ ਮਸਕਾਰੇ ਵੇਚ ਸਕਦਾ ਤੇ ਮੈਂ ਕਿਹੜਾ ਉਹੋ ਜਿਹਾ ਕੰਮ ਕਰਦਾ ਮੈਂ ਤਾਂ ਬਾਬਾ ਵੀ ਨਹੀਂ ਲਾਉਂਦਾਗਾ ਬਿਲਕੁਲ ਮੈਂ ਤਾਂ ਸਧਾਰਨ ਇਨਸਾਨ ਆ ਸਧਾਰਨ ਮਨੁੱਖ ਆ ਆ ਮੈਂ ਤਾਂ ਖਬਰਾਂ ਸਾਂਝੀਆਂ ਕਰ ਰਿਹਾ ਬਸ ਹਾਂ ਹਰਮਨ ਜੀ ਪੰਜਾਬੀ ਗਾਣੇ ਹਨ ਜਿਹੜੇ ਜੀ ਉਹਨਾਂ ਨੂੰ ਐਡਿਟ ਕਰਕੇ ਉਹਨਾਂ ਦੀ ਭੰਨ ਘੜ ਕਰਕੇ ਇਹੋ ਜਿਹੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਪਾਏ ਜਾ ਰਹੇ ਆ ਜੀ ਵੀ ਜਿਨ੍ਹਾਂ ਨੂੰ ਦੇਖ ਦੇਖ ਕੇ ਹਾਸਾ ਵੀ ਆਉਂਦਾ ਹੂੰ ਇੰਨਾ ਕ ਹਾਸਾ ਆਉਂਦਾ ਵੀ ਪੁੱਛੋ ਹੀ ਕੁਛ ਨਾ ਜੀ ਪੰਜਾਬ ਦੇ ਜਿਹੜੇ ਕੈਨੇਡਾ ਹੁੰਦੇ ਰਾਜਨੀਤਿਕ ਲੋਕ ਆ ਉਹ ਇੱਕ ਦੂਜੇ ਦੇ ਉੱਤੇ ਗੋਲੀਆਂ ਵੜਾਈ ਜਾਂਦੇ ਆ ਹੈ ਉਹ ਇੱਕ ਦੂਜੇ ਦੇ ਵੱਲ ਫਾਇਰ ਕਰੀ ਜਾਂਦੇ ਆ ਇੱਕ ਦੂਜੇ ਨੂੰ ਕਢੀ ਸੀ ਜਾਂਦੇ ਰਸਾ ਬਣ ਕੇ ਬੀ ਉਹਨਾਂ ਨੂੰ ਦੇਖ ਕੇ ਇੰਉਂ ਲੱਗਦਾ ਵੀ ਜਿਨ੍ਹਾਂ ਨੇ ਵੀ ਇਹ ਐਡੀਟਿੰਗ ਕੀਤੀ ਆ ਉਹ ਕਿੰਨੇ ਵਹਿਲੇ ਆ ਜੀ ਉਹਨਾਂ ਦੇ ਤਾਂ ਦੋ ਗੱਲਾਂ ਨੇ ਪਤਾ ਲੱਗਦਾ ਵੀ ਇੱਕ ਤਾਂ ਉਹਨਾਂ ਦੇ ਅੰਦਰ ਕਲਾ ਵੀ ਹੈਗੀ ਆ ਦੂਜਾ ਉਹ ਮਹਾਵਹਿਲੇ ਆ ਕੱਲੇ ਵਹਿਲੇ ਨਹੀਂ ਹੈਗੇ ਜੇਕਰ ਉਹਨਾਂ ਦੇ ਕੋਲੇ ਇਹੋ ਜੇ ਕੰਮ ਕਰਨ ਦੀ ਵਹਿਲ ਨਾ ਹੋਵੇ ਤਾਂ ਉਹ ਕੋਈ ਦੁਕੀ ਦਾ ਕੰਮ ਹੋਰ ਵੀ ਕਰ ਲੈਣ ਪਰ ਉਹ ਸੋਚਦੇ ਵੀ ਭਾਈ ਆਪਾਂ ਬਹੁਤ ਔਰਜੇ ਵਿੱਚ ਆ ਆਪਾਂ ਸਮਾਜ ਨੂੰ ਬਹੁਤ ਵੱਡੀ ਸੇਧ ਦੇਣੀ ਆ ਇਸ ਕਰਕੇ ਭਾਈ ਆਪਾਂ ਤਾਂ ਇੰਉਂ ਹੀ ਕਰਨਾ ਬਿਲਕੁਲ ਇਹ ਨਾ ਟੈਣਾ ਸਾਹਿਬ ਤੁਹਾਨੂੰ ਯਾਦ ਹੈ ਇਹ ਹੁਣ ਨਹੀਂ ਇਸ ਤੋਂ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਚੋਣਾ ਹੋਈਆਂ ਸੀ ਉਸ ਵੇਲੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਲਗਾ ਕੇ ਆਪਣਾ ਉਹ ਵੀਰੂ ਤੇ ਜੈ ਦੇ ਉੱਤੇ ਨਾਲ ਮਨੀਸ਼ ਸੋਧਿਆ ਦੀ ਚਿਹਰਾ ਜਿਹੜਾ ਉਹ ਲਗਾ ਕੇ ਹੈਨਾ ਤੇ ਨਾਲ ਹੋਰ ਚਿਹਰੇ ਲਗਾ ਕੇ ਤਾਂ ਉਦੋਂ ਵੀ ਵੀਡੀਓਜ਼ ਬਹੁਤ ਸਾਰੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਨਾ ਖਾਸ ਤੌਰ ਤੇ ਆ ਸ਼ੋਲੇ ਫਿਲਮ ਵਾਲੀ ਵੀਡੀਓ ਤਾਂ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਇਦਾਂ ਹੀ ਆ ਹੁਣ ਵੀ ਹੈਨਾ ਕਈ ਸਾਰੇ ਗਾਣੇ ਇਹੋ ਜਿਹੇ ਜਿਹਦੇ ਵਿੱਚ ਕੈਪਟਨ ਸਾਹਿਬ ਨੂੰ ਹੀਰੋ ਦਿਖਾਇਆ ਹੋਇਆ ਤੇ ਉਹ ਮਤਲਬ ਕਦੇ ਭਗਵੰਤ ਮਾਨ ਨੂੰ ਕੁੱਟ ਰਹੇ ਨੇ ਕਦੇ ਸੁਖਵੀਰ ਬਾਦਲ ਹੋਰਾਂ ਦੇ ਉੱਪਰ ਪਿਸਤੌਲ ਤੰੜ ਰਹੇ ਨੇ ਹੈਨਾ ਤੇ ਕਿਤੇ ਸੁਖਵੀਰ ਬਾਦਲ ਹੋਰਾਂ ਨੂੰ ਹੀਰੋ ਦਿਖਾਇਆ ਹੋਇਆ ਤੇ ਉਹ ਇਹਨਾਂ ਦੋਵਾਂ ਨਾਲ ਕਹਿ ਲਓ ਵੀ ਨਜੇਟ ਨੇ ਕਿਤੇ ਭਗਵੰਤ ਮਾਨ ਹੀਰੋ ਦਿਖਾਇਆ ਹੋਇਆ ਸੋ ਇਹ ਵਾਕਈ ਇਦਾਂ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਫੈਲ ਰਹੀਆਂ ਨੇ ਜਦੋਂ ਨਾ ਪਿਛਲੀ ਵਾਰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਜੀ ਉਸ ਵਕਤ 67 ਸੀਟਾਂ ਜਦੋਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੀ ਉਦੋਂ ਫਿਰ ਸ਼ੋਲੇ ਵਾਲਾ ਬੜਾ ਡਾਇਲੋਗ ਆ ਜਿਹੜੀ ਉਹ ਵੀਡੀਓ ਉਹਨੂੰ ਐਡਿਟ ਕਰ ਕਰਕੇ ਲੋਕਾਂ ਨੇ ਪਾਇਆ ਜੀ ਤੇ ਕੇਦਰੀਵਾਲ ਕਹਿੰਦਾ ਕਿ ਕਿਤਨੇ ਆਦਮੀ ਥੇ ਉਹ ਕਹਿੰਦਾ ਤਿੰਨ ਥੇ ਸਰ ਤਿੰਨੋ ਹੀ ਪਚ ਗਏ 3:00 ਬਜ ਗਏ 3:00 ਬਜ ਗਏ ਐ ਕਰਕੇ ਫਿਰ ਉਹ ਗੋਲ ਦਾ ਮਾਰਦਾ ਮੈਂ ਸੋਚਦਾ ਵੀ ਦੇਖੋ ਯਾਰ ਕਿਹੜੇ ਕਮੀ ਲੱਗੇ ਲੋਕ ਜੀ ਕਲਾ ਹੁਣ ਵੀ ਬੰਬੀਹਾ ਬੋਲੇ ਗਾਣੇ ਦੇ ਉੱਤੇ ਨਾ ਕਦੇ ਤਾਂ ਅਕਾਲੀ ਦਲ ਦੇ ਸਮਰਥਕਾ ਜਿਹੜੇ ਉਹ ਕਾਂਗਰਸ ਨੂੰ ਕੁੱਟਦੇ ਦਿਖਾ ਦਿੰਦੇ ਆ ਕਦੇ ਕਾਂਗਰਸੀ ਸਮਰਥਕ ਵੀਡੀਓ ਐਡਿਟ ਕਰਕੇ ਪਾ ਦਿੰਦੇ ਆ ਤੇ ਉਹ ਸੁਖਬੀਰ ਸਿੰਘ ਬਾਦਲ ਦੇ ਉੱਤੇ ਫਾਇਰਿੰਗ ਦਿਖਾ ਦਿੰਦੇ ਆ ਹਾਲਾਂਕਿ ਇਹ ਸਾਰੀਆਂ ਗੱਲਾਂ ਗਲਤ ਆ ਇਹਨਾਂ ਗੱਲਾਂ ਦੇ ਬਾਬਤ ਜੇਕਰ ਗੰਭੀਰਤਾ ਨਾਲ ਸੋਚਗੇ ਨਾ ਤਾਂ ਕਿਸੇ ਦੀ ਵੀ ਵੀਡੀਓ ਦੇ ਨਾਲ ਛੇੜਖਾ ਨਹੀਂ ਕਰਨਾ ਕਿਸੇ ਦੀ ਵੀਡੀਓ ਦੇ ਉੱਤੇ ਫੋਟੋ ਲਾ ਕੇ ਹੋਰ ਤੇ ਉਹਦੇ ਉੱਤੇ ਗੋਲੀਆਂ ਭਰਉਣਾ ਤੇ ਇਹਦੇ ਲਈ 3 ਸਾਲ ਦੀ ਸਜ਼ਾ ਵੀ ਹੋ ਸਕਦੀ ਆ ਤੇ ਇਹਦੇ ਲਈ ਜੁਰਮਾਨਾ ਵੀ ਹੋ ਸਕਦਾ ਸੋ ਇਹਨਾਂ ਗੱਲਾਂ ਦਾ ਪਤਾ ਨਹੀਂ ਕਿਉਂਕਿ ਲੋਕ ਫੇਕ ਆਈਡੀਆਂ ਜਾਲੀ ਆਈਡੀਆਂ ਬੜਾ ਬਣਾ ਕੇ ਇਹੋ ਜਿਹਾ ਕੁਝ ਕਰਦੇ ਆ ਪਰ ਮੈਂ ਅੱਜ ਸਵੇਰੇ ਸਵੇਰੇ ਇੱਕ ਵੀਡੀਓ ਦੇਖੀ ਕਿਸੇ ਨੇ ਮੈਨੂੰ ਭੇਜੀ ਤੀ ਉਹਦੇ ਚ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਐ ਬੈਠਿਆ ਹੈ ਇਹ ਕਰਕੇ ਤੇ ਮਗਰ ਸੁਨੀਲ ਜਾਖੜੋਰੀ ਬੰਦੂਕ ਲਈ ਖੜੇ ਆ ਹਾਂਜੀ ਮੈਂ ਕਿਹਾ ਵੀ ਆ ਕੀ ਕਰੀ ਜਾਂਦੇ ਆ ਫਿਰ ਗੋਲੀਆਂ ਚੱਲਦੀਆਂ ਜਿਹੜੀ ਅਸਲੀ ਵੀਡੀਓ ਆ ਨਾ ਉਸ ਵੀਡੀਓ ਦੇ ਉੱਤੇ ਸਿਰ ਲੱਗੇ ਆ ਹੂੰ ਤੇ ਫਿਰ ਮੈਂ ਇੱਕ ਸੁਖਬੀਰ ਸਿੰਘ ਬਾਦਲ ਦੀ ਦੇਖੀ ਉਹ ਜਿਹੜੇ ਗੋਲਗਾਂ ਚਲਾਈ ਜਾਂਦੇ ਆ ਭਗਵੰਤ ਮਾਨ ਤੇ ਕੈਪਟਨ ਮਰਿੰਦਰ ਸਿੰਘ ਦੇ ਉੱਤੇ ਬਈ ਭਾਈ ਜਿਹੜੇ ਵੀ ਲੋਕ ਇਦਾਂ ਦੀਆਂ ਇਲਤਾਂ ਕਰਦੇ ਆ ਜਿਹੜੇ ਲੋਕੇਦਾਨੀਆਂ ਸ਼ਰਾਰਤਾਂ ਕਰਦੇ ਆ ਉਹ ਕੋਈ ਦੁੱਕੀ ਦਾ ਕੰਮ ਹੋਰ ਕਰ ਲਿਆ ਕਰਨ ਇਹਦੇ ਵਿੱਚ ਕੋਈ ਫਾਇਦਾ ਨਹੀਂਗਾ ਬਿਲਕੁਲ ਤੇ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਇੰਨੇ ਕਲਾਵਾਨ ਲੋਕ ਨੇ ਇਹਨਾਂ ਦੀ ਕਲਾ ਨੂੰ ਕਿਸੇ ਸਹੀ ਪਾਸੇ ਲਾਇਆ ਜਾਵੇ ਹਾਲੇ ਇਹਨਾਂ ਨੂੰ ਮੋਬਾਈਲ ਨਹੀਂ ਮਿਲੇ ਜੀ ਜੇ ਕਿਤੇ ਮੋਬਾਈਲ ਮਿਲੇ ਹੁੰਦੇ ਪਤਾ ਨਹੀਂ ਕੀ ਕੀ ਬਣਾ ਦਿੰਦੇ ਇਹ ਇਸੇ ਕਰਕੇ ਨਹੀਂ ਮਿਲੇ ਵਾਕਈ ਇਹ ਕਰੋਨਾ ਦਾ ਬੰਨ੍ਹ ਨਹੀਂ ਸੀ ਇਹ ਅਸਲ ਕਾਰਨ ਇਹ ਆ ਵੀ ਇਹਦੇ ਕਰਕੇ ਮੋਬਾਈਲ ਨਹੀਂ ਦਿੱਤੇ ਬਿਲਕੁਲ ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਨਾ ਵੀ ਅਸੀਂ ਕਿੰਨੇ ਵੇਲੜਾ ਅਸੀਂ ਕਿਸੇ ਵੀ ਮਾਮਲੇ ਦੇ ਵਿੱਚ ਦਖਲ ਦੰਨੇ ਆ। ਸਾਨੂੰ ਆਪ ਦੇ ਬਾਰੇ ਕੁਝ ਨਹੀਂ ਪਤਾ। ਸਾਡੇ ਘਰੇ ਕੀ ਚੱਲਦਾ ਕੁਝ ਨਹੀਂ ਪਤਾ ਪਰ ਸਾਨੂੰ ਇਹ ਪਤਾ ਵੀ ਭਾਈ ਸਮਾਜ ਦੇ ਵਿੱਚ ਕੀ ਕੁਝ ਚੱਲ ਰਿਹਾ। ਨਹੀਂ ਨਹੀਂ ਮੈਨੂੰ ਉਹਨਾਂ ਲੋਕਾਂ ਤੇ ਬੜੀ ਹੈਰਾਨੀ ਹੁੰਦੀ ਹੁੰਦੀ ਹੈ। ਟਾਣਾ ਸਾਹਿਬ ਜਿਹੜੇ ਲੋਕ ਨਾ ਕਿਸੇ ਨੂੰ ਉਹਦੇ ਕੰਮ ਦਾ ਕਰਕੇ ਨਹੀਂ ਜਾਣਦੇ ਪਰ ਉਹਦੀ ਨਿੱਜੀ ਜ਼ਿੰਦਗੀ ਦੇ ਵਿੱਚ ਟੁੱਟੜਾਉਣ ਦੇ ਬਾਰੇ ਵਿੱਚ ਜ਼ਰੂਰ ਸੋਚਦੇ ਨੇ ਚਾਹੇ ਉਹ ਕੋਈ ਵੀ ਆ ਹਨਾ ਜੇ ਮੈਂ ਆ ਤਾਂ ਮੈਂ ਇਹ ਸੋਚਾਂ ਕਿ ਮੈਨੂੰ ਹਰੇਕ ਬੰਦੇ ਦੀ ਪਛਾਣ ਜਿਹੜੀ ਉਹਦੇ ਕੰਮ ਦੇ ਨਾਲ ਕਰਨੀ ਚਾਹੀਦੀ ਆ ਇਹ ਨਹੀਂ ਕਿ ਉਹ ਆਪ ਕਿਹੋ ਜਿਹਾ ਹੈ ਉਹ ਕੀ ਕਰਦਾ ਹੈ ਉਹਦੀ ਨਿੱਜੀ ਜ਼ਿੰਦਗੀ ਕੀ ਹੈ ਕੀ ਨਹੀਂ ਮੈਨੂੰ ਲੱਗਦਾ ਇਹਨ ਆਵਲ ਤੇアン ਦੇਣ ਦੀ ਲੋੜ ਨਹੀਂ ਮੈਨੂੰ ਕੱਲ ਇੱਕ ਬੰਦੇ ਨੇ ਸੁਨੇਹਾ ਭੇਜਿਆ ਕਹਿੰਦੇ ਵੀ ਪੰਜਾਬ ਦੇ ਵਿੱਚ ਨਾ ਅੱਜ ਕੱਲ ਸਮਾਜ ਸੇਵੀ ਬਣਨ ਦਾ ਬੜਾ ਚਾਜਾ ਛੜਿਆ ਹੋਇਆ ਜੀ ਕੋਈ ਪੁਲਿਸ ਵਾਲਾ ਕੋਈ ਹੋਰ ਕੋਈ ਹੋਰ ਇਦਾਂ ਨਾ ਸਮਾਜ ਸੇਵੀ ਬਣੇ ਹੋਏ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਪ੍ਰਚਾਰ ਕਰਦੇ ਆ ਕਹਿੰਦੇ ਵੀ ਇੱਕ ਬੰਦੇ ਨੇ ਤਾਂ ਸਾਨੂੰ ਪਤਾ ਲੱਗਾ ਕਿ ਫਾਰਚੂਨਰ ਗੱਡੀ ਵੀ ਲੈ ਲਈ ਇਹ ਬਹੁਤ ਵੱਡੀ ਕੁੰਡੀ ਲਾਉਂਦੇ ਆ ਮੈਂ ਉਹਨੂੰ ਇੱਕੋ ਬੇਨਤੀ ਕੀਤੀ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਵੀ ਕੁੰਡੀ ਲਾਉਂਦੇ ਕਿ ਨਹੀਂ ਲਾਉਂਦੇ ਪਰ ਮੈਨੂੰ ਇਹ ਵੀ ਪਤਾ ਕਿ ਉਹ ਕੰਮ ਤਾਂ ਕਰਦੇ ਆ ਹੋ ਸਕਦਾ ਕੋਈ ਵਿੱਚੋਂ ਕੁੰਡੀ ਵੀ ਲਾਉਂਦਾ ਹੋਵੇ ਜੇਕਰ ਕੋਈ ਲ ਪਰ ਆਪਾਂ ਨੂੰ ਜੇਕਰ ਇਹ ਕੰਮ ਪਸੰਦ ਨਹੀਂ ਇਹਨਾਂ ਦਾ ਆਪਾਂ ਆਪ ਸ਼ੁਰੂ ਕਰ ਦਈਏ ਜੀ ਆਪਾਂ ਉਵੇਂ ਕਰੀਏ ਜਿਵੇਂ ਕਰ ਸਕਦੇ ਹਾਂ ਕਿ ਨਾਲ ਸਾਡੇ ਕੋਲੇ ਨਾ ਟਾਈਮ ਕਿੱਥੇ ਹੁੰਦਾ ਤੇ ਫਿਰ ਮੈਂ ਖਬਰਦਾਸਤ ਕਰ ਲਵਾਂ ਬਿਲਕੁਲ ਤੁਹਾਨੂੰ ਟਾਈਮ ਹੈ ਨਹੀਂਗਾ ਜੀ ਕੰਮ ਤੁਹਾਨੂੰ ਉਹਦਾ ਪਸੰਦ ਨਹੀਂਗਾ ਟੱਚਰ ਡਾਉਨ ਦੇ ਵਿੱਚ ਆਪਾਂ ਪਹਿਲੇ ਨੰਬਰ ਦੇ ਉੱਤੇ ਇਹਦਾ ਫਾਇਦਾ ਕੀ ਆ ਜੇ ਸਾਨੂੰ ਕਿਸੇ ਦਾ ਵੀ ਕੰਮ ਪਸੰਦ ਨਹੀਂ ਤਾਂ ਉਹਦੇ ਨਾਲੋਂ ਆਪਾਂ ਵੱਡੀ ਲਕੀਰ ਖਿੱਚ ਲਈਏ ਆਪਾਂ ਉਹਨੂੰ ਕਰਕੇ ਦਿਖਾਈਏ ਵੀ ਇੰਉਂ ਹੁੰਦਾ ਕੰਮ ਹਾਂ ਜਿਵੇਂ ਤੂੰ ਕਰਦਾ ਇੰਉਂ ਨਹੀਂ ਅਸਲ ਦੇ ਵਿੱਚ ਇਦਾਂ ਕੰਮ ਕੀਤਾ ਜਾਂਦਾ ਉਹਨੇ ਜੀ ਕੁੰਡੀ ਲਾ ਲਈ ਉਹਨੇ ਵਿੱਚੋਂ ਪੈਸੇ ਖਾ ਲਏ ਉਹਨੇ ਫਲਾਣਾ ਕਰਤਾ ਉਹਨੇ ਢਿੰਗੜਾ ਕਰਤਾ ਜਿਹੜੇ ਲੋਕ ਐ ਕਰਦੇ ਉਹ ਬਿਲਕੁਲ ਗਲਤ ਆ ਪਰ ਘਰ ਦੇ ਵਿੱਚ ਬੈਠੀ ਆਪਾਂ ਨਾ ਐਵੇਂ ਬਣਾਈ ਜਾਗੇ ਵੀ ਭਾਈ ਐਂ ਚੱਲਦਾ ਇਹ ਤਾਂ ਸਾਰੇ ਲੋਟੂ ਹੀ ਫਿਰਦੇ ਆ ਇਹ ਤਾਂ ਐਂ ਫਿਰਦੇ ਆ ਰੱਬ ਦਾ ਵਾਸਤਾ ਵਿਦਵਾਨ ਨਾ ਬਣੋ ਬਿਲ ਹਰਮਨ ਜੀ ਤੁਹਾਡੇ ਮੋਬਾਈਲ ਦਾ ਬਿੱਲ ਕਿੰਨਾ ਆਉਂਦਾ ਟੈਣਾ ਸਾਹਿਬ ਮੇਰਾ ਮੋਬਾਈਲ ਬਿੱਲ ਤੇ ਨਹੀਂ ਆ ਉਹ ਨੂੰ ਮੈਂ ਰੀਚਾਰਜ ਕਰਾਉਣੀ ਆ ਉਹ ਪ੍ਰੀਪੇਡ ਆ ਯਾਨੀ ਕਿ ਪਹਿਲਾਂ ਉਹਦੇ ਚ ਪੈਸੇ ਪਵਾਉਣੇ ਪੈਂਦੇ ਨੇ ਬਾਅਦ ਵਿੱਚ ਉਹ ਕੰਮ ਕਰਦਾ ਹੈ ਤੇ ਤਕਰੀਬਨ 555 ਰੁਪਏ ਦਾ 3 ਮਹੀਨਿਆਂ ਦਾ ਇਕੱਠਾ ਉਹਦੇ ਚ ਕਿੰਨੇ ਸਾਲਾਂ ਤੋਂ ਤੁਸੀਂ ਫੋਨ ਵਰਤਦੇ ਹੋ ਮੈਂ ਤਕਰੀਬਨ ਹੋ ਹੀ ਗਏ ਹੋਣਗੇ ਕਾਫੀ ਸਾਲ ਹੋ ਗਏ ਕਿੰਨੇ ਅੰਦਾਜ਼ਾ ਮੈਨੂੰ ਲੱਗਦਾ ਹੈ ਕਿ 10 ਸਾਲ ਤਾਂ ਹੋ ਗਏ 10 ਸਾਲਾਂ ਦੇ ਵਿੱਚ ਤੁਸੀਂ ਇੰਨਾ ਭਰੋਸਾ ਨਹੀਂ ਬਣਾਇਆ ਜੀ ਵੀ ਕੰਪਨੀ ਤੁਹਾਡੇ ਕੋਲ ਬਾਅਦ ਦੇ ਵਿੱਚ ਪੈਸੇ ਲੈ ਲੇ ਪਹਿਲਾਂ ਪੈਸੇ ਲੈ ਲੈਂਦੀ ਆ ਵਾਕਈ ਮੈਨੂੰ ਗੱਲ ਕਰਨੀ ਚਾਹੀਦੀ ਸੀ ਇਹ ਕੰਪਨੀ ਵਾਲਿਆਂ ਨਾਲ ਵੀ ਕੁਝ ਤਾਂ ਸੋਚ ਵਿਚਾਰ ਕਰੋ ਮੇਰੇ ਤੇ ਵਿਸ਼ਵਾਸ ਕਰੋ ਹਾਂ ਬਿਲਕੁਲ ਸਹੀ ਗੱਲ ਹੈ ਵੀ ਜੇਕਰ ਇੰਨਾ ਪੁਰਾਣਾ ਗਾਹਕ ਆ ਤੁਸੀਂ ਕਹੋ ਵੀ 2-400 ਰੁਪਏ ਜਿਹੜਾ ਬਾਅਦ ਦੇ ਵਿੱਚ ਲੈ ਲਾਂਗੇ ਕਿਹੜੀ ਗੱਲ ਆ ਜੀ ਪਰ ਤੁਹਾਨੂੰ ਪੂਰਾ ਯਕੀਨ ਨਹੀਂ ਤੁਹਾਡੇ ਤੇ ਕਿਸੇ ਨੂੰ ਯਕੀਨ ਨਹੀਂ ਮਾਫੀ ਚਾਹੁੰਨੀ ਆ ਮੈਂ ਯਕੀਨ ਬਣਾ ਨਹੀਂ ਪਾਈ ਹਾਂ ਬਸ ਇਹੀ ਆ ਪਰ ਨਾ ਹਰ ਬੰਦੇ ਦਾ 5700 ਰੁਪਇਆ ਬਿੱਲ ਜਿਹੜਾ ਜ਼ਰੂਰ ਆ ਜਾਂਦਾ ਜੀ ਪਰ ਹੁਣ ਕਮਾਲ ਕਰਤੀ ਹੈ ਪੰਜਾਬ ਦੀ ਸਰਕਾਰ ਨੇ ਉਹ ਕਹਿੰਦੇ ਨਾ ਬਸ ਆਪਾਂ ਨਾ ਇੰਨੇ ਕੁ ਕਟੌਤੀ ਕਰ ਦੇਣੀ ਆ ਇੰਨੇ ਕੁ ਪੈਸੇ ਬਚਾਉਣੇ ਪੰਜੀ ਪੰਜੀ ਕਹਿੰਦੇ ਕੈਪਟਨ ਸਾਹਿਬ ਬਚਾ ਲੈਣੀ ਆ ਆਪਾਂ ਕਿਉਂਕਿ ਖਜ਼ਾਨਾ ਖਾਲੀ ਹੋ ਰਿਹਾ ਹੈ ਸੂਬੇ ਦੀ ਤਰੱਕੀ ਦੇ ਵਿੱਚ ਜਿਹੜੇ ਆ ਉਹ ਪੈਸੇ ਬਹੁਤ ਚਾਹੀਦੇ ਆ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਨਾ ਜਿਹੜੇ ਮੁਲਾਜ਼ਮਾਂ ਦਾ ਮੋਬਾਈਲ ਪੱਤਾ ਉਹਨੂੰ ਵੀ ਕਹਿੰਦੇ ਅਸੀਂ ਕਟੌਤੀ ਕਰਤੀ ਆ 500 ਦੀ ਥਾਂ ਤੇ 250 ਕਰਤਾ 2 150 ਦੀ ਥਾਂ ਦੇ ਉੱਤੇ ਹੋਰ ਘਟਾ ਕੇ ਕਰ ਦਿੱਤੇ ਆ ਪਰ ਕਮਾਲ ਕਰਤੀ ਉਹ ਕਹਿੰਦੇ ਨਾ ਬਸ ਐਵੇਂ ਹੀ ਕਹਿੰਦੇ ਸਿਆਣੀ ਵੀ ਸਾਹ ਘੁੱਟਿਆ ਉਮਰ ਦੀ ਵਾਧੀ ਕਹਿੰਦੇ ਆਪਾਂ ਵਧਾ ਕੇ ਦਿਖਾ ਦੇਣੀ ਆ ਜੀ ਤੁਸੀਂ ਇਹ ਵੇਖੋ ਕਿ ਕਹਿੰਦੇ ਨੇ ਨਾ ਵੀ ਮੁਲਾਜ਼ਮ ਜਿਹੜੇ ਨੇ ਉਹ ਵਰਗਾਂ ਦੇ ਵਿੱਚ ਵੰਡੇ ਹੋਏ ਨੇ ਸੋ ਜਿਹੜਾ A ਕੈਟਾਗਰੀ ਜਿਹੜਾ A ਵਰਗ ਹੈ ਉਹਦੇ ਵਿੱਚ ਜਿਹੜੇ ਮੁਲਾਜ਼ਮ ਉਹਨਾਂ ਦਾ ਪਹਿਲਾਂ ਮੋਬਾਈਲ ਭੱਤਾ ਸੀ 500 ਰੁਪਇਆ ਉਹਦੇ ਤੋਂ ਘਟਾ ਕੇ 250 ਕਰ ਦਿੱਤਾ ਗਿਆ ਜਿਹੜਾ B ਵਰਗ ਹੈ ਉਹਦਾ 300 ਰੁਪਇਆ ਸੀ ਉਹ 175 ਕਰਤਾ ਜਿਹੜਾ C ਤੇ D ਕੈਟਾਗਰੀ ਆ ਉਹਦਾ 250 ਤੋਂ 150 ਕਰ ਦਿੱਤਾ ਪਰ ਇਹਦੇ ਵਿੱਚ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਵੀ ਮੁਲਾਜ਼ਮਾਂ ਦੇ ਤਾਂ ਤੁਸੀਂ ਜ਼ਰੂਰ ਮੋ ਆ ਉਹਦੇ ਕਰ ਦਿੱਤੇ ਨੇ ਪਰ ਜਿਹੜੇ ਐਮਐਲਏ ਨੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਮੋਬਾਈਲ ਪੱਤਾ 15000 ਹੀ ਰਹੇਗਾ ਉਹ ਕਹਿੰਦੇ ਵੀ ਉਹ ਫੋਨ ਬਹੁਤ ਕਰਦੇ ਨੇ ਉਹ ਬਹੁਤ ਉਹਨਾਂ ਦੇ ਮੋਢਿਆਂ ਤੇ ਭਾਰ ਟਿਕਿਆ ਹੋਇਆ ਹੈ ਇਸ ਲਈ ਉਹਨਾਂ ਨੂੰ ਮੋਬਾਈਲ ਪੱਤਾ ਮਿਲਣਾ ਚਾਹੀਦਾ ਮੈਂ ਤਾਂ ਹੈਰਾਨ ਹੈ ਇਸ ਗੱਲ ਦੇ ਉੱਤੇ ਵੀ ਜੇਕਰ ਸਾਡੇ ਤੁਹਾਡੇ ਵਰਗੇ ਬੰਦਿਆਂ ਦਾ ਇੱਕ ਅਨਲਿਮਿਟਿਡ ਪਲਾਨ ਹੁੰਦਾ ਜਿਹੜਾ ਅਨਮਿੱਥਿਆ ਹੁੰਦਾ ਵੀ ਭਾਈ ਜਿੰਨੀਆਂ ਮਰਜ਼ੀ ਫੋਨ ਕਾਲ ਕਰੋ ਜਿੰਨੀਆਂ ਮਰਜ਼ੀ ਫੋਨ ਕਾਲ ਸੁਣੋ ਜਿੰਨਾ ਮਰਜ਼ੀ ਇੰਟਰਨੈਟ ਵਰਤੋ ਉਹ ਮੇਰਾ ਖਿਆਲ ਹੈ ਵੀ 7-800 ਰੁਪਏ ਦੇ ਵਿੱਚ 1000 ਰੁਪਏ ਦੇ ਵਿੱਚ ਮਹੀਨਾ ਨਿਕਲ ਜਾਂ ਕੁਝ ਹੋ ਸਕਦਾ ਫਿਰ ਜਿਹੜੇ ਵਿਧਾਇਕ ਆ ਤੇ ਜਿਹੜੇ ਮੰਤਰੀ ਆ ਪੰਜਾਬ ਦੇ ਉਹਨਾਂ ਨੂੰ 15000 ਰੁਪਏ ਮਹੀਨੇ ਦਾ ਪੱਤਾ ਕਿਉਂ ਮਿਲਦਾ ਤਹਿਣਾ ਸਾਹਿਬ ਆਪਾਂ ਅੱਗੇ ਵੀ ਇਸ ਵਿਸ਼ੇ ਦੇ ਉੱਪਰ ਗੱਲ ਕੀਤੀ ਸੀ ਰਿਲਾਇੰਸ ਇੰਡਸਟਰੀ ਜਿਨ੍ਹਾਂ ਦਾ Jio ਫੋਨ ਚੱਲਦਾ ਹੈ ਇਹ ਤੁਹਾਨੂੰ ਪਤਾ ਵੀ ਮੋਦੀ ਹੋਰਾਂ ਦੇ ਨੇੜਲੇ ਨੇ ਬਹੁਤ ਚੰਗੇ ਸਬੰਧ ਨੇ ਨਾ ਇਸ ਸਰਕਾਰਾਂ ਦੇ ਨਾਲ ਕੀ ਜੇਕਰ ਕੇਂਦਰ ਦੀ ਸਰਕਾਰ ਚਾਹੇ ਤਾਂ ਕੱਲੇ ਆਪਾਂ ਪੰਜਾਬ ਦੇ ਜਿਹੜੇ ਅੰਕੜੇ ਨੇ ਉਹ ਸਾਂਝੇ ਕੀਤੇ ਨੇ ਪਰ ਸਾਰੇ ਸੂਬਿਆਂ ਦੇ ਵਿੱਚ ਹਾਲਾਤ ਇਹੋ ਜਿਹੇ ਨੇ ਕੀ ਜੇਕਰ ਕੇਂਦਰ ਦੀ ਸਰਕਾਰ ਚਾਹੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜੇ Jio ਆਮ ਲੋਕਾਂ ਨੂੰ 555 ਰੁਪਏ ਦੇ ਵਿੱਚ 3 ਮਹੀਨਿਆਂ ਦੇ ਲਈ ਅਨਲਿਮਿਟਡ ਕਾਲਿੰਗ ਦੇ ਰਿਹਾ ਹੈ ਤੋ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਰੇ ਵਿਧਾਇਕਾਂ ਨੂੰ ਜਿੰਨੇ ਵੀ ਇਹ ਸਰਕਾਰੀ ਬੰਦੇ ਨੇ ਇਹਨਾਂ ਸਾਰਿਆਂ ਨੂੰ ਕਿਉਂ ਪਲਾਨ ਨਹੀਂ ਦਿਵਾ ਸਕਦੇ ਬਿਲਕੁਲ ਇਹ ਦਿਵਾ ਸਕਦੇ ਆ ਪਰ ਆਪਾਂ ਇਦਾਂ ਕਰਨਾ ਨਹੀਂ ਕਿਉਂਕਿ ਇਹ ਆਪਣੀ ਚਾਹੇਤੇ ਆ ਇਹਨਾਂ ਦੇ ਕੋਲੇ ਪਤਾ ਨਹੀਂ ਕਿਹੜੇ ਮੋਬਾਈਲ ਆ ਜਿਹੜੇ ਸਾਰੇ ਪੈਸੇ ਚੂਸ ਜਾਂਦੇ ਆ ਇਹਨਾਂ ਦੇ ਵਿੱਚ ਪਤਾ ਨਹੀਂ ਵੀ ਇਹਨਾਂ ਨੂੰ ਕਾਲ ਹੋ ਸਕਦਾ ਵੀ 25 ਰੁਪਏ ਮਿੰਟ ਦੀ ਪੈਂਦੀ ਹੋਵੇ ਸਾਨੂੰ ਤਾਂ ਭਾਈ ਕਈ ਵਾਰੀ ਮੁਫਤ ਵੀ ਪੈਂਦੀ ਆ ਜੀ ਇਹਨਾਂ ਨੂੰ ਜਾਂ ਹੋ ਸਕਦਾ ਹਾਲੇ ਵੀ ਸੁਣਨ ਦੇ ਵੀ ਪੈਸੇ ਦੇਣੇ ਪੈਂਦੇ ਹੋਣ ਹਾਂ ਹੋ ਸਕਦਾ ਵੀ ਇਹ ਪੁਰਾਣੇ ਦੌਰ ਦੇ ਵਿੱਚ ਰਹਿੰਦੇ ਆ ਜਦੋਂ ਸੋ ਵਕਤ ਸੁਣਨ ਦੇ ਵੀ ਪੈਸੇ ਪੈਲੇ ਸੀ ਕੀ ਪਤਾ ਇਹਨਾਂ ਨੂੰ ਸੁਣਨ ਦੇ ਵੀ ਪੈਲੇ ਹੋਣ ਸੋ ਰੱਬ ਦਾ ਵਾਸਤਾ ਕੈਪਟਨ ਸਾਹਿਬ ਜੇਕਰ ਤੁਸੀਂ ਆਮ ਮੁਲਾਜ਼ਮਾਂ ਦੀ ਪੰਜੀ ਪੰਜੀ ਘਟਾਉਂਦੇ ਆ ਤੁਸੀਂ ਕਹਿੰਦੇ ਜੀ ਕਿ ਐਤਕੀ ਤੁਹਾਨੂੰ ਅਸੀਂ ਪੁਰਾਣਾ ਬਕਾਇਆ ਨਹੀਂ ਦੇ ਸਕਦੇ ਐਤਕੀ ਜੀ ਤੁਹਾਡੇ ਲਈ ਅਸੀਂ ਆ ਪੱਤੇ ਘਟਾਉਣ ਲੱਗੇ ਆ ਇਹ ਸਾਡੀ ਮਜਬੂਰੀ ਆ ਅਸੀਂ ਖੁਸ਼ੀ ਦੇ ਵਿੱਚ ਨਹੀਂ ਕਰ ਰਹੇ ਤਾਂ ਪਹਿਲਾਂ ਆਪਦੀ ਸਰਕਾਰ ਤੋਂ ਸ਼ੁਰੂਆਤ ਕਰੋ ਆਪਣੇ ਮੰਤਰੀਆਂ ਦੇ ਮੋਬਾਈਲ ਪੱਤੇ ਘਟਾਓ ਆਪਣੇ ਜਿਹੜੇ ਸੰਤਰੀ ਉਹਨਾਂ ਦੇ ਘਟਾਓ ਆਪਣੀ ਜਿਹੜੀ ਪਾਰਟੀ ਦੇ ਵਿਧਾਇਕਾ ਉਹਨਾਂ ਤੋਂ ਘਟਵਾਓ ਸੋ ਲੋਕਾਂ ਦੇ ਲਈ ਨਿਯਮ ਹੋਰ ਆ ਬਿੱਤੇ ਜਿਹੜੇ ਆਪਣੇ ਲਈ ਉਹ ਨਿਯਮ ਹੋਰ ਹੈ ਮੈਂ ਹੈਰਾਨ ਹੁਣਾ ਇਸ ਗੱਲ ਦੇ ਉੱਤੇ ਵੀ ਜਿਹੜੀ ਵੀ ਕੁਰਬਾਨੀ ਦੇਣੀ ਹੈ ਨਾ ਉਹ ਆਮ ਲੋਕ ਦੇਣ ਨਾਲੇ ਇੱਕ ਚੀਜ਼ ਮੈਨੂੰ ਹੋਰ ਨਹੀਂ ਸਮਝ ਆਈ ਤਾਣਾ ਸਾਹਿਬ ਵੀ ਅੱਜ ਜੇਕਰ ਕੋਈ ਆਮ ਬੰਦਾ 10000 ਰੁਪਏ ਦੀ ਨੌਕਰੀ ਕਰ ਰਿਹਾ ਚਾਹੇ ਉਹ 5000 ਦੀ ਨੌਕਰੀ ਕਰ ਰਿਹਾ ਚਾਹੇ ਉਹ 50000 ਦੀ ਨੌਕਰੀ ਕਰ ਰਿਹਾ ਉਹ ਬੰਦਾ ਜੇ ਆਪਣੀ ਜੇਬ ਦੇ ਵਿੱਚੋਂ ਖਰਚ ਕੱਢ ਕੇ ਤੇ ਆਪਣੇ ਮੋਬਾਈਲ ਦੇ ਖਰਚੇ ਪੂਰੇ ਕਰ ਸਕਦਾ ਹੈ ਤੇ ਵਿਧਾਇਕਾਂ ਨੂੰ ਇਹ ਮੰਤਰੀਆਂ ਸੰਤਰੀਆਂ ਨੂੰ ਤਾਂ ਕਿੰਨੀਆਂ-ਕਿੰਨੀਆਂ ਤਨਖਾਹਾਂ ਮਿਲਦੀਆਂ ਕੀ ਗੱਲ ਜੇਬੋਂ ਨਹੀਂ ਖਰਚ ਸਕਦੇ ਲੋ ਜੀ ਵਕਫੇ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਮੈਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਸਿੰਘ ਜੀ ਆਪਾਂ ਗੱਲਬਾਤ ਅੱਗੇ ਤੋਰਦੇ ਆ ਜੀ ਬਿਲਕੁਲ ਟੈਣਾ ਸਾਹਿਬ ਇੱਕ ਵੀਡੀਓ ਵੇਖੀ ਆ ਤੁਸੀਂ ਮੈਂ ਚਾਹੁੰਦੀ ਹਾਂ ਉੱਤੇ ਵਿਚਾਰ ਚਰਚਾ ਕਰੀਏ ਦੇਖੋ ਜੀ ਮੈਂ ਜਿਹੜੀ ਵੀਡੀਓ ਦੇਖੀ ਨਾ ਮੈਨੂੰ ਬਹੁਤ ਹਾਸਾ ਆਇਆ ਉਹਦੇ ਉੱਤੇ ਆਮ ਲੋਕਾਂ ਨੂੰ ਨਾ ਕਈ ਵਾਰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਪਰ ਉਹ ਫਿਰ ਵੀ ਜਦੋਂ ਟਿੱਪਣੀ ਕਰਦੇ ਨਾ ਉਸ ਮਾਮਲੇ ਦੇ ਉੱਤੇ ਤਾਂ ਕੱਚਾ ਹਸਤੀਆਂ ਬੰਦੇ ਲੀਆਂ ਵੀ ਯਾਰ ਇਹਨੂੰ ਤਾਂ ਗੱਲ ਦਾ ਹੀ ਨਹੀਂ ਪਤਾਗਾ ਜੀ ਹੁਣ ਪਾਕਿਸਤਾਨ ਦੀ ਇੱਕ ਵੀਡੀਓ ਹੈ ਜਿਹੜੀ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈ ਹੈ ਉਹਦੇ ਵਿੱਚ ਕਹਿੰਦਾ ਪੱਤਰਕਾਰ ਲੋਕਾਂ ਦੇ ਕੋਲੇ ਜਾਂਦਾ ਉਹਨਾਂ ਦੇ ਮੂਰੇ ਮਾਈਕ ਕਰ ਦਿੰਦਾ ਤੇ ਇਹ ਪੁੱਛਦਾ ਵੀ ਪਾਕਿਸਤਾਨ ਦੀ ਹਕੂਮਤ ਨੇ ਤੁਹਾਨੂੰ ਪਤਾ ਜੀ ਕਿ ਪਬਜੀ ਬੰਦ ਕਰ ਦਿੱਤੀ ਆ ਕੀ ਕਹਿਣਾ ਚਾਹੋਗੇ ਉਹ ਇੱਕ ਬੰਦਾ ਕਹਿੰਦਾ ਐ ਕਿੱਦਾਂ ਬੰਦ ਕਰਤੀ ਆ ਸਾਡੇ ਦੇਸ਼ ਦੀ ਜਵਾਨੀ ਉਹ ਬਰਬਾਦ ਹੋ ਜੂਗੀ ਸਾਡੇ ਦੇਸ਼ ਦੀ ਜਵਾਨੀ ਦੇ ਨਾਲ ਧੋਖਾ ਮਾਇਆ ਜਾ ਰਿਹਾ ਉਹ ਦੂਜੇ ਨੂੰ ਜਾ ਕੇ ਪੁੱਛਦਾ ਉਹ ਕਹਿੰਦਾ ਜੀ ਇਹ ਦੱਸੋ ਤੁਹਾਨੂੰ ਪਤਾ ਵੀ ਪਬਜੀ ਕੀ ਆ ਇਹ ਨੂੰ ਬੱਚਾ ਬੱਚਾ ਜਾਣਦਾ ਮੈਂ ਤਾਂ ਆਪ ਅੱਧੀ ਉਮਰੇ ਦੇ ਉੱਤੇ ਕੱਢ ਦਿੱਤੀ ਹੈ ਕਹਿੰਦੇ ਇਰਫਾਨ ਖਾਨ ਸਰਕਾਰ ਅੱਜ ਲੋਕਾਂ ਦੀ ਵੈਰੀ ਬਣੀ ਹੋਈ ਹੈ ਵੈਰੀ ਬਣੀ ਹੋਈ ਹੈ ਜੇਕਰ ਇਸੇ ਤਰੀਕੇ ਦੇ ਨਾਲ ਰਹੀ ਤਾਂ ਅੱਗੇ ਤੋਂ ਵੋਟਾਂ ਨਹੀਂ ਪੈਣੀਆਂ ਅਸੀਂ ਵੋਟਾਂ ਕਾਹਦੇ ਲਈ ਪਾਈਆਂ ਹੋਰ ਸਾਨੂੰ ਕੁਝ ਦੇਣਾ ਨਹੀਂ ਸਾਡੀ ਪਬਜੀ ਵੀ ਬੰਦ ਕਰ ਦਿੱਤੀ ਅਸੀਂ ਸੰਘਰਸ਼ ਵਿੜਾਂਗੇ ਤੇ ਇੱਕ ਮਾਤਾ ਦੇ ਮੂਹਰੇ ਕੀਤਾ ਉਹਨੇ ਮਾਈਕ ਉਹ ਕਹਿੰਨੀ ਪੁੱਤ ਗੱਲ ਇਹ ਆ ਹੂੰ ਪਪਜੀ ਤਾਂ ਬਹੁਤ ਜ਼ਰੂਰੀ ਆ ਨਿਆਰੇ ਭੁੱਖੇ ਬਰੀ ਜਾਂਦੇ ਜੇ ਪਪਜੀ ਵੀ ਨਾ ਹੋਈ ਤਾਂ ਫਿਰ ਕਰਾਂਗੇ ਕੀ ਇੱਕ ਤਾਂ ਨੌਕਾੜ ਨਹੀਂ ਦਿੰਦੇ ਹੂੰ ਸਾਡੇ ਘਰੇ ਦਾਲਾਂ ਹੈ ਨਹੀਂ ਹੂੰ ਉਤੋਂ ਪਪਜੀ ਵੀ ਹੈ ਨਹੀਂ ਉਹ ਕਹਿੰਦਾ ਤੁਹਾਨੂੰ ਪਤਾ ਕੀ ਪਪਜੀ ਹੂੰ ਪਤਾ ਜਦੋਂ ਸਾਰਿਆਂ ਨੂੰ ਪਤਾ ਮੈਂ ਵੀ ਪਤਾ ਲਾ ਲੂ ਪਰ ਪਬਜੀ ਜੇਕਰ ਨਾ ਹੋਈ ਤਾਂ ਫਿਰ ਮੈਂ ਛੱਡਣਾ ਨਹੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਮੈਂ ਅਮਰ ਆਦ ਨੂੰ ਆਏ ਹਾਏ 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 ਮਤਲਬ ਇਹ ਆ ਵੀ ਲੋਕਾਂ ਨੇ ਜਿਹੜੇ ਉਹ ਇਦਾਂ ਹੁੰਦੇ ਆ ਲੋਕਾਂ ਨੂੰ ਕਿਸੇ ਗੱਲ ਦਾ ਪਤਾ ਹੋਵੇ ਜਾਂ ਨਾ ਹੋਵੇ ਲੋਕਾਂ ਨੇ ਟਿੱਪਣੀ ਕਰਨੀ ਕਰਨੀ ਜੀ ਬਿਲਕੁਲ ਇਹ ਨਾ ਵੈਸੇ ਮੁੱਦਿਆਂ ਦੇ ਬਾਰੇ ਵਿੱਚ ਪਹਿਲਾਂ ਪਤਾ ਹੋਣਾ ਚਾਹੀਦਾ ਬਾਅਦ ਵਿੱਚ ਟਿੱਪਣੀ ਕਰਨੀ ਚਾਹੀਦੀ ਹੈ ਇਹ ਹਰੇਕ ਲਈ ਜ਼ਰੂਰੀ ਹੈ ਇਕੱਲੇ ਪਾਕਿਸਤਾਨ ਦੀ ਗੱਲ ਨਹੀਂ ਸਾਡੇ ਮੁਲਕ ਦੇ ਵਿੱਚ ਵੀ ਅੱਦੇ ਉ ਜ਼ਿਆਦਾ ਮੁੱਦੇ ਜਿਹੜੇ ਆ ਲੋਕਾਂ ਨੂੰ ਪਤਾ ਨਹੀਂ ਹੁੰਦੇ ਪਰ ਫਿਰ ਵੀ ਕਦੇ ਉਹ ਕਿਸੇ ਦੇ ਹੱਕ 'ਚ ਹੋ ਜਾਂਦੇ ਨੇ ਕਦੇ ਕਿਸੇ ਦੇ ਖਿਲਾਫ ਹੋ ਜਾਂਦੇ ਨੇ ਹੈਨਾ ਸੋ ਹੁਣ ਆਪ ਅਗਲੀ ਖਬਰ ਵੱਲ ਨੂੰ ਵਧਿਆ ਟਾਣਾ ਸਾਹਿਬ ਅਗਲੀ ਖਬਰ ਟਾਣਾ ਸਾਹਿਬ ਲੁਧਿਆਣੇ ਤੋਂ ਹੈ ਤੇ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਖਬਰ ਹੈ ਕਿਉਂਕਿ ਲੁਧਿਆਣੇ ਦੇ ਵਿੱਚ ਕਰੋਨਾ ਪੀੜਤਾਂ ਦੇ ਵਿਚਾਲੇ ਕਹਿੰਦੇ ਕਿ ਇੱਕ লাশ ਪਈ ਰਹੀ ਕਿੰਨੇ ਦਿਨ ਤੇ ਕਿਸੇ ਨੇ ਵੀ ਉਹਨੂੰ ਪਾਸੇ ਕਰਨ ਦੀ ਹਿੰਮਤ ਨਹੀਂ ਕੀਤੀ ਪਿਛਲੇ 6-7 ਦਿਨਾਂ 99 ਦੇ ਕਰੀਬ ਮਰੀਜ਼ ਆਏ ਆ 699 699 ਮਰੀਜ਼ ਆਏ ਆ ਜੀ ਉਹਦੇ ਵਿੱਚੋਂ ਕਈਆਂ ਦੀ ਮੌਤ ਵੀ ਹੋਈ ਹੈ 17 18 ਦੀ ਜੀ ਇੱਥੇ ਦੋ ਮਰੀਜ਼ ਆ ਜਿਹੜੇ ਉਹ ਇਲਾਜ ਵੀ ਘਾਟ ਦੇ ਕਰਕੇ ਮੌਤ ਦੀ ਬੁੱਕਲ ਤੇ ਚਲੇ ਗਏ ਆ ਇਹ ਉਹ ਥੋਲੇ ਸਰਕਾਰੀ ਹਸਪਤਾਲ ਦਾ ਹਾਲ ਆ ਹਮ ਪਰ ਇੱਕ ਪਾਸੇ ਤਾਂ ਕਰੋਨਾ ਮਰੀਜ਼ ਆ ਜਿਹੜੇ ਇੱਕ ਬਿਡ ਦੇ ਉੱਤੇ ਦੋ ਦੋ ਪਾਕੇ ਇਲਾਜ ਕੀਤਾ ਜਾ ਰਿਹਾ ਇਹਨਾਂ ਦੇ ਕੋਲੇ ਬਿਡਾਂ ਦੀ ਕਮੀ ਆ ਗਈ ਹੁਣ ਜੀ 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 ਦੂਜੇ ਪਾਸੇ ਪਤਾ ਇਹ ਲੱਗਾ ਜੀ ਕਿ ਉੱਥੇ ਨਾ ਇੱਕ ਕਰੋਨਾ ਪੀੜਤ ਉਹਦੀ ਮੌਤ ਹੋ ਗਈ ਹਮ ਉਹ ਵਿਚਾਲੀ ਉਵੇਂ ਪਿਆ ਬਿੱਡ ਦੇ ਉੱਤੇ ਉਹਨੂੰ ਚੱਕਿਆ ਹੀ ਨਹੀਂ ਉੱਥੋਂ ਮਾਂ ਦੇ ਪੁੱਤਾਂ ਨੇ ਹੂੰ ਇੱਧਰ ਵੀ ਮਰੀਜ਼ ਪਿਆ ਇੱਧਰ ਵੀ ਜਾਉਂਦਾ ਜਾਗਦਾ ਮਰੀਜ਼ ਪਿਆ ਉੱਧਰ ਵੀ ਜਾਉਂਦਾ ਜਾਗਦਾ ਮਰੀਜ਼ ਪਿਆ ਵਿਚਾਲੀ ਇੱਕ ਮਰਿਆ ਹੋਇਆ ਬੰਦਾ ਪਿਆ ਉਹਨੂੰ ਚੱਕਣ ਦਾ ਨਾਂ ਹੀ ਨਹੀਂ ਲੈਂਦੇ ਤੇ ਉਹਨੂੰ ਜਿੱਥੇ ਲੈ ਕੇ ਜਾਣਾ ਹੁੰਦਾ ਦੇ ਸੰਭਾਲ ਘਰ ਜਿਹਨੂੰ ਮੋਰਚਰੀ ਕਹਿੰਦੇ ਆ ਉਹਦੇ ਵਿੱਚ ਕਹਿੰਦੇ ਜੀ ਅਸੀਂ ਤਾਂ ਨਹੀਂ ਲੈ ਕੇ ਜਾ ਸਕੇ ਵੀ ਸਾਡੇ ਕੋਲੇ ਮੁਲਾਜ਼ਮ ਹੈ ਨਹੀਂ ਅੱਛਾ ਜੀ ਕਹਿੰਦੇ ਵੀ ਸਾਡੇ 2-3 ਮੁਲਾਜ਼ਮ ਸੀਗੇ ਉਹ ਆਪ ਕਰੋਨਾ ਪੋਜ਼ਿਟਿਵ ਆ ਇਸ ਕਰਕੇ ਪਾਈਏ ਨੇ ਤਾਂ ਹਲ ਦੀ ਘੜੀ ਇੱਥੇ ਹੀ ਪਿਆ ਰਹਿਣਾ ਕਈ ਮਰੀਜ਼ਾਂ ਦਾ ਇਲਾਜ ਆ ਜਿਹੜਾ ਵਕ ਵਕ ਹਸਪਤਾਲਾਂ ਦੇ ਵਿੱਚ ਸਟ੍ਰਕਚਰ ਦੇ ਉੱਤੇ ਚੱਲ ਰਿਹਾ ਉਹਨਾਂ ਨੂੰ ਬੈੱਡ ਹੀ ਨਹੀਂ ਮਿਲਦੇਗੇ ਸੋ ਇਹੋ ਜੇ ਸਾਡੇ ਹਾਲਾਤ ਆ ਉਦਾਂ ਅਸੀਂ ਕਹਿੰਨੇ ਜੀ ਕਿ ਸਿਹਤ ਦੇ ਮਾਮਲੇ 'ਚ ਬਹੁਤ ਕਮਾਲ ਕਰ ਦਿੱਤੀ ਆ ਇਹ ਕਰ ਦਿੱਤਾ ਉਹ ਕਰ ਦਿੱਤਾ ਮੈਂ ਅੱਜ ਹੀ ਇੱਕ ਰਿਪੋਰਟ ਪੜ੍ਹਦਾ ਸੀਗਾ ਲੁਧਿਆਣੇ ਦੇ ਇਸ ਹਸਪਤਾਲ ਦੇ ਕੋਲੇ 14 ਦੇ ਕਰੀ ਵੈਂਟੀਲੇਟਰ ਆ ਜੀ ਇਹਨਾਂ ਦੇ ਕੋਲੇ ਆਪਰੇਟ ਕਰਨ ਵਾਲਾ ਇੱਕ ਵੀ ਬੰਦਾ ਹੈ ਨਹੀਂਗਾ ਸੋ ਇਸ ਕਰਕੇ 4 ਵੈਂਟੀਲੇਟਰ ਆ ਜਿਹੜੇ ਉਹ ਇਹਨਾਂ ਨੇ ਸੀਐਮਸੀ ਨੂੰ ਦਿੱਤੇ ਆ ਤੇ ਜਿਹੜੇ ਬਾਕੀ ਦੇ 10 ਵੈਂਟੀਲੇਟਰ ਆ ਉਹਨਾਂ ਨੂੰ ਵੀ ਬੰਦ ਕੀਤਾ ਪਿਆ ਤੇ ਉਹ ਕਮਰੇ ਦੇ ਵਿੱਚ ਤਾਲਾ ਲਾ ਕੇ ਰੱਖੇ ਹੋਏ ਆ ਜੀ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇਹ ਸਰਕਾਰੀ ਹਸਪਤਾਲ ਨੂੰ ਇੱਕ ਨਾ ਐਂਬੂਲੈਂਸ ਦਿੱਤੀ ਹੈ ਜਿਹਦੇ ਵਿੱਚ ਵੈਂਟੀਲੇਟਰ ਵੀ ਆ ਪਰ ਉਸ ਵੈਂਟੀਲੇਟਰ ਨੂੰ ਚਲਾਉਣ ਵਾਸਤੇ ਵੀ ਬੰਦਾ ਹੈ ਨਹੀਂਗਾ ਇਹ ਸਾਡੇ ਪੰਜਾਬ ਦੀ ਸਿਹਤ ਸਥਿਤੀ ਆ ਇਹ ਸਾਡੇ ਪੰਜਾਬ ਦਾ ਉਹ ਹਾਲ ਆ ਜਿਹਦੇ ਬਾਬਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਚਿੰਤਾ ਨਾ ਕਰੋ ਅਸੀਂ ਤਾਂ ਨਿੱਜੀ ਹਸਪਤਾਲਾਂ ਨਾਲੋਂ ਵਧੀਆ ਇਲਾਜ ਦੇ ਰਹੇ ਆ ਪਰ ਇੱਥੇ ਹੁੰਦਾ ਕੁਝ ਨਹੀਂਗਾ ਮੈਂ ਅੱਜ ਜੀ ਮੋਦੀ ਹੋਰਾਂ ਦਾ ਵੀ ਇੱਕ ਬਿਆਨ ਪੜ੍ਹ ਰਹੀ ਸੀ ਜਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਦਾਵਾ ਕਰ ਰਿਹਾ ਹੈ ਕਿ ਬਾਕੀ ਸਾਰੇ ਮੁਲਕਾਂ ਦੇ ਨਾਲੋਂ ਭਾਰਤ ਸਥਿਤੀ ਬਹੁਤ ਜ਼ਿਆਦਾ ਬਿਹਤਰ ਹੈ ਕਹਿੰਦੇ ਕਿ ਅਸੀਂ ਕਾਬੂ ਪਾ ਲਿਆ ਕਰੋਨਾ ਦੇ ਉੱਪਰ ਪਰ ਜ਼ਮੀਨੀ ਹਕੀਕਤ ਜਿਹੜੀ ਆ ਉਹ ਕੁਝ ਹੋਰ ਹੈ 24 ਘੰਟਿਆਂ ਦੇ ਵਿੱਚ 50000 ਜਿਹੜੇ ਦੇਸ਼ ਦੇ ਵਿੱਚ ਨਵੇਂ ਕੇਸ ਆਵੇ ਉੱਥੇ ਆਪਾਂ ਇਹ ਕਹਿ ਸਕਦੇ ਆ ਵੀ ਕਰੋਨਾ ਦੇ ਉੱਤੇ ਕਾਬੂ ਪਾ ਲਿਆ ਪਤਾ ਨਹੀਂ ਇਹਦੇ ਪਿੱਛੇ ਕਿਹ ਵੀ ਕਾਰਨ ਆ ਪੰਜਾਬ ਦੇ ਵਿੱਚ ਕਿਉਂ ਵਧ ਰਹੀ ਹੈ ਗਿਣਤੀ ਕਿਉਂਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਆ ਜਿਹੜਾ ਉੱਥੇ ਲਾਸ਼ਾਂ ਹੀ ਬਦਲਤੀਆਂ ਮਾਂ ਦੇ ਪੁੱਤ ਨਹੀਂ ਜੀ ਬਜ਼ੁਰਗ ਔਰਤ ਦੀ ਲਾਸ਼ ਜਿਹੜੀ ਉਹ ਬੰਦੇ ਵਾਲਿਆਂ ਦੇ ਘਰੇ ਆ ਗਈ ਬੰਦੇ ਵਾਲਿਆਂ ਦੀ ਲਾਸ਼ ਜਿਹੜੀ ਔਰਤ ਦੇ ਘਰੇ ਚਲੀ ਗਈ ਤੇ ਔਰਤ ਵਾਲਿਆਂ ਨੇ ਬੰਦੇ ਦੇ ਜਿਹੜਾ ਸੰਸਕਾਰ ਵੀ ਕਰਤਾ ਹੁਣ ਇਹ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਗਿਆ ਹੋਇਆ ਇਸ ਸਥਿਤੀ ਦੇ ਚੱਲਦਿਆਂ ਅਸੀਂ ਪੰਜਾਬ ਦੇ ਵਿੱਚੋਂ ਕਰੋਨਾ ਕਿਵੇਂ ਮੁਕਾਵਾਂਗੇ ਸਵਾਲਾਂ ਦਾ ਸਵਾਲ ਇਹ ਵੀ ਆ ਬਿਲਕੁਲ ਸਹੀ ਤਾਂ ਸਰ ਤੁਹਾਨੂੰ ਕੀ ਲੱਗਦਾ ਕਿ ਬੰਦੇ ਦੀ ਖੁਸ਼ੀ ਕਿਹੜੀਆਂ ਗੱਲਾਂ ਤੇ ਨਿਰਭਰ ਕਰਦੀ ਹੁੰਦੀ ਹੈ ਉਹਦੇ ਅੰਦਰਲੀ ਖੁਸ਼ੀ ਤੇ ਨਿਰਭਰ ਕਰਦੀ ਗੱਲ ਆ ਅੱਛਾ ਜੀ ਉਹ ਕਿਹੜੀ ਗੱਲ ਨੇ ਉੱਤੇ ਖੁਸ਼ ਹੁੰਦਾ ਹੁਣ ਕਿਸੇ ਬੰਦੇ ਨੇ ਦੂਜੇ ਨੂੰ ਕਿਹਾ ਕਹਿੰਦਾ ਵੀ ਤੂੰ ਮੇਰੀ ਬੇਇੱਜ਼ਤੀ ਕੀਤੀ ਹੈ ਹੂੰ ਕਹਿੰਦਾ ਤਾਂ ਮਹਿਸੂਸ ਕਰਨ ਦੀ ਗੱਲ ਆ ਕਹਿੰਦਾ ਤੂੰ ਮਹਿਸੂਸ ਕੀਤੀ ਹੈ ਕਿ ਨਹੀਂ ਕੀਤੀ ਜੀ ਸੋ ਬੇਇੱਜ਼ਤੀ ਇੱਜ਼ਤ ਮਾਨ ਸਨਮਾਨ ਇੱਕ ਤਾਂ ਮਹਿਸੂਸ ਕਰਨ ਦੀ ਵੀ ਗੱਲ ਹੁੰਦੀ ਆ ਨਹੀਂ ਨਹੀਂ ਵੈਸੇ ਵੀ ਉਹਨੇ ਖੁਸ਼ੀ ਵੀ ਮਹਿਸੂਸ ਕਰਨ ਦੀ ਗੱਲ ਆ ਕੋਈ ਬੰਦਾ ਹੋ ਸਕਦਾ ਵੀ ਬਾਹਰ ਮਾੜਾ ਜਿਹਾ ਮੀਂਹ ਦੇਖ ਕੇ ਕਵੇ ਵੀ ਕੀ ਆ ਬਾਤ ਆ ਹੂੰ ਐਸਾ ਕੁਦਰਤ ਦਾ ਨਜ਼ਾਰਾ ਕੋਈ ਭਾਵੇਂ ਗੋਡਾਂ ਤੱਕ ਡੁੱਬਿਆ ਪਿਆ ਹੋਵੇ ਕਵੇ ਵੀ ਇਹ ਕਿਹੜਾ ਮੀਂਹ ਆ ਮੈਂ ਕਿਤੇ ਨਿੱਕੇ ਹੁੰਦੇ ਨੇ ਵੇਖਿਆ ਸੀ ਉਹ ਤਾਂ ਇੱਥੋਂ ਤੱਕ ਸੀਗਾ ਵੇ ਕਈ ਬੰਦੇ ਦੇ ਖੁਸ਼ ਹੋਣਾ ਹੀ ਨਹੀਂ ਤੇ ਕਈ ਨਿੱਕੀ ਜਿਹੀ ਗੱਲ ਦੇ ਉੱਤੇ ਵੀ ਖੁਸ਼ ਹੋ ਜਾਂਦੇ ਵੈਸੇ ਵੀ ਕਹਿੰਦੇ ਨੇ ਸਿਆਣੇ ਕਿ ਬੇਇੱਜ਼ਤੀ ਤੇ ਠੰਡ ਜਿੰਨੀ ਮਹਿਸੂਸ ਕਰੋ ਉੰਨੀ ਲੱਗਦੀ ਹੁੰਦੀ ਹੈ ਇਹ ਬੇਇੱਜ਼ਤੀ ਦੀ ਗੱਲ ਵੱਖਰੀ ਆ ਇਹ ਅੰਦਰੂਨੀ ਖੁਸ਼ੀ ਦੀ ਗੱਲ ਚੱਲਦੀ ਸੀ ਜੀ ਮੈਂ ਪਹਿਲੀ ਬੇਇੱਜ਼ਤੀ ਦੇ ਨਾਲ ਹੀ ਗੱਲ ਜੁੜੀ ਸੀ ਪਰ ਮੈਂ ਅੰਦਰੂਨੀ ਖੁਸ਼ੀ ਦੀ ਗੱਲ ਕਰ ਰਹੀ ਸੀ ਡਾਣਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਬੰਦੇ ਦਾ ਵਿਆਹ ਹੋਣਾ ਇਕਵਾਰੇ ਹੋਣਾ ਜਾਂ ਕਹਿ ਲਓ ਵੀ ਕਿਸੇ ਦੇ ਨਾਲ ਰਿਸ਼ਤੇ ਦੇ ਵਿੱਚ ਹੋਣਾ ਇਹਨਾਂ ਗੱਲਾਂ ਦੇ ਉੱਪਰ ਖੁਸ਼ੀ ਨਿਰਭਰ ਕਰਦੀ ਹੁੰਦੀ ਹੈ ਕਿ ਜੇ ਇਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਇਹ ਮਿਸ਼ੀਗਾਨ ਬੰਦਿਆਂ ਨੇ ਉੱਤੇ ਨਾ ਇੱਕ ਸਰਵੇਖਣ ਕੀਤਾ ਗਿਆ ਅਮਰੀਕਾ ਦੀ ਯੂਨੀਵਰਸਿਟੀ ਦੇ ਵੱਲੋਂ ਜੀ ਉਹਨਾਂ ਨੇ ਇਹੀ ਪਤਾ ਲਾਇਆ 18 ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਦੇ ਬੰਦੇ ਲਏ ਵੀ ਭਾਈ ਇਹਨਾਂ ਦੇ ਵਿੱਚ ਖੁਸ਼ੀ ਕਿਹੋ ਜੀ ਆ ਕਿਹੜਾ ਬੰਦਾ ਖੁਸ਼ ਆ ਉਹਨਾਂ ਦੇ ਵਿੱਚ ਕਈ ਬੰਦੇ ਇਹੋ ਜਿਹੇ ਸੀ ਜਿਨ੍ਹਾਂ ਨੇ ਵਿਆਹ ਕਰਵਾਇਆ ਹੀ ਨਹੀਂ ਕਈਆਂ ਨੇ ਇੱਕੋ ਕਰਵਾਇਆ ਕਈਆਂ ਨੇ ਤਿੰਨ ਤਿੰਨ ਚਾਰ ਚਾਰ ਵੀ ਕਰਵਾਏ ਉਹਨਾਂ ਨੇ ਸਾਰਿਆਂ ਦਾ ਵੀਰ ਵਲਿਆ ਉਹਦੇ ਵਿੱਚ ਇਹ ਪਤਾ ਲੱਗਾ ਜੀ ਕਿ ਕਿਸੇ ਦਾ ਇੱਕ ਵਿਆਹ ਕਰਾਉਣ ਨਾਲ ਦੋ ਕਰਾਉਣ ਨਾਲ ਇੱਕ ਵੀ ਨਾ ਕਰਾਉਣ ਨਾਲ ਚਾਰ ਕਰਾਉਣ ਦੇ ਨਾਲ ਕੋਈ ਤਲਕ ਨਹੀਂ ਖੁਸ਼ੀ ਮਹਿਸੂਸ ਕਰਨ ਦੀ ਗੱਲ ਆ ਜੇਕਰ ਤੁਸੀਂ ਖੁਸ਼ ਹੋ ਤਾਂ ਹੋ ਸਕਦਾ ਇਕੱਲੇ ਵੀ ਖੁਸ਼ ਹੋ ਲੋ ਜੇ ਤੁਸੀਂ ਖੁਸ਼ ਹੋ ਹੋ ਸਕਦਾ ਦੀ ਸਹੇਲੀ ਨਾਲ ਹੋ ਲੋ ਖੁਸ਼ ਹੋ ਤੁਸੀਂ ਆਪਣੀ ਬੱਚੀ ਨਾਲ ਹੋ ਲੋ ਖੁਸ਼ ਹੋ ਤੁਸੀਂ ਆਪਣੀ ਮੰਮੀ ਨਾਲ ਹੋ ਲੋ ਇਹ ਜ਼ਰੂਰੀ ਨਹੀਂ ਵੀ ਆਪਾਂ ਉਹਦੇ ਕੋਲੇ ਜਾਵਾਂਗੇ ਸਾਨੂੰ ਉੱਥੋਂ ਖੁਸ਼ੀਆਂ ਦੇ ਗੱਫੇ ਮਿਲਣੇ ਨਹੀਂ ਪਰ ਇਹ ਵਿਗਿਆਨੀ ਜਿਆਦਾ ਵੇਲੇ ਨਹੀਂ ਟਹਿਣਾ ਸਾਹਿਬ ਕਿਹੜੀਆਂ ਗੱਲਾਂ ਤੇ ਖੋਜ ਕਰ ਰਹੇ ਕਿਉਂ ਕਿ ਸਾਡੇ ਸਿਆਣਿਆਂ ਨੇ ਤਾਂ ਪਹਿਲਾਂ ਹੀ ਕਿਹਾ ਹੋਇਆ ਵੀ ਖੁਸ਼ੀ ਤਾਂ ਅੰਦਰੂਨੀ ਹੁੰਦੀ ਹੈ ਤੁਸੀਂ ਕਹਿੰਦੇ ਵੀ ਅਮਰੀਕਾ ਦੇ ਵਿਗਿਆਨੀ ਜਿਆਦਾ ਵੇਲੇ ਨਹੀਂ ਤੇ ਜਿਹੜੇ ਇੱਧਰ ਫੋਟੋਆਂ ਐਡਿਟ ਕਰ ਕਰਕੇ ਪਾਉਂਦੇ ਉਹ ਬਹੁਤ ਬਿਜ਼ੀ ਆ ਉਹ ਬਹੁਤ ਰਜੇਵੇਂ ਵਾਲੇ ਆ ਵਿਗਿਆਨੀ ਤੇ ਆਮ ਲੋਕਾਂ 'ਚ ਫਰਕ ਹ ਜੀ ਕਿਸੇ ਨੂੰ ਪੁੱਛ ਕੇ ਦੇਖੋ ਵੀ ਭਾਈ ਮੈਨੂੰ ਨਾ ਜਕਾਮ ਜਾਂ ਲੱਗਾ ਤੇ ਮੈਂ ਕਿਹੜੀ ਦਵਾਈ ਲਵਾਂ ਉਹਨੇ ਪੰਜ ਤਰਾਣੀਆਂ ਗੱਲਾਂ ਦੱਸ ਦੇਣੀਆਂ ਐ ਪੀ ਲਈ ਐ ਪੀ ਲਈ ਆ ਕਰ ਲਈ ਆ ਕਰ ਲਈ ਅੱਛਾ ਜ਼ੁਕਾਮ ਤਾਂ ਠੀਕ ਹੋ ਜੂ ਮੁਰਕੇ ਬੰਦਰਾ ਢਿੱਡ ਭਾਵੇਂ ਖਰਾਬ ਹੋ ਜੇ ਬਿਲਕੁਲ ਸਹੀ ਗੱਲ ਹੈ ਤੇ ਸਾਡੇ ਲੋਕ ਇਹਨਾਂ ਗੱਲਾਂ ਨੂੰ ਮੰਨਦੇ ਵੀ ਬੜੀ ਛੇਤੀ ਆ ਡਾਕਟਰ ਲੱਖ ਕਹੀ ਜਵੇ ਵੀ ਆਹ ਗੋਲੀ ਖਾ ਲਈ ਤੇ ਤੂੰ ਠੀਕ ਹੋ ਜੂ ਨਹੀਂ ਨਹੀਂ ਕਾੜਾ ਬਣਾ ਕੇ ਪੀਾਂਗੇ ਉਹਦੇ ਨਾਲ ਫਰਕ ਪਾਉਗਾ ਬਿਲਕੁਲ ਸਹੀ ਗੱਲ ਹੈ ਮੈਨੂੰ ਫਲਾਣੇ ਨੇ ਸਲਾਹ ਦਿੱਤੀ ਸੀ ਗਰਮ ਪਾਣੀ ਚਾਹ ਪਾ ਕੇ ਪੀਉਂਗਾ ਫੇਰ ਠੀਕ ਹੋ ਜਾਊਗਾ ਤੇ ਅਮਰੀਕਾ ਦੀ ਜਿਹੜੀ ਮਿਸ਼ੀਗਨ ਯੂਨੀਵਰਸਿਟੀ ਆ ਉਹਨੇ ਜਿਹੜੀ ਗੱਲ ਕਹੀ ਆ ਭਾਈ ਉਹਦੇ ਉੱਤੇ ਅਮਲ ਕਰਨਾ ਜਾਂ ਨਾ ਕਰਨਾ ਇਹ ਥੋੜੀ ਮਰਜ਼ੀ ਆ ਵਿਆਹ ਕਰਵਾਉਣਾ ਨਾ ਕਰਵਾਉਣਾ ਕਿ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਸ਼ੋਗਲਾਸ ਫਿਰ ਗੱਲ ਬਣਦੀ ਆ ਅੱਛਾ ਅੱਛਾ ਮੈਂ ਕਾ ਕਾਫੀ ਪਾਰਾ ਸ਼ਬਦਾਂ ਪਤਾ ਨਹੀਂ ਕੀ ਅੰਦਰੋਂ ਬੋਲਣਾ ਚਾਹੀਦਾ ਇੱਕ ਬੰਦੇ ਨੇ ਕਿਹਾ ਸੀ ਨਾ ਕਹਿੰਦਾ ਵੀ ਮੇਰੇ ਸਾਰੇ ਦੋਸਤ ਬਾਦਸ਼ਾਹ ਹੁੰਦੇ ਸੀ ਅੱਛਾ ਜੀ ਮੇਰੇ ਕਹਿੰਦਾ ਸਾਰੇ ਦੇ ਸਾਰੇ ਦੋਸਤ ਬਾਦਸ਼ਾਹ ਹੁੰਦੇ ਸੀ ਫਿਰ ਉਹਨਾਂ ਨੂੰ ਬੇਗਮਾ ਮਿਲ ਗਈਆਂ ਤੇ ਅੱਜ ਕੱਲ ਉਹ RAMU ਕਾਕਾ ਘੋੜਦੇ ਆ ਐਦਾਂ ਵੀ ਹੁੰਦਾ ਐਦਾਂ ਹਰ ਥਾਂ ਤੇ ਨਹੀਂ ਹੁੰਦਾ ਰਣਾ ਸਾਹਿਬ ਮੈਂ ਕਦੋਂ ਕਿਹਾ ਜੀ ਅੰਦਰ ਨਿਰਪਰ ਕਰ ਅੰਦਰ ਤੇ ਨਿਰਪਰ ਕਰ ਦਿਆ ਤੇ ਢਡੋ ਕਿੰਨੇ ਖੁਸ਼ ਆ ਬੰਦੇ ਨੂੰ ਸਿਫਤ ਤਾਂ ਕਰਨੀ ਪੈਂਦੀ ਆ ਵੀ ਭਗਵਾਨ ਨੇ ਕਮਾਲ ਹੀ ਆ ਤੂੰ ਜਿਹੜੀਆਂ ਪਿੰਡੀਆਂ ਤੂੰ ਬਣਾਈਆਂ ਇਹ ਤਾਂ ਕੋਈ ਸਿਰਾ ਲਾਤਾ ਮੈਂ ਨਹੀਂ ਕਦੇ ਦੇਖੀਗਾ ਬੰਦਾ ਢਡੋ ਕਿੰਨਾ ਖੁਸ਼ ਹੈ ਇਹ ਗੱਲ ਆ ਉਹ ਮੈਂ ਬੋਲਣਾ ਕੁਛ ਮੁਕਦੀ ਗੱਲ ਏ ਵੀ ਵਿਗਿਆਨੀ ਮੈਨੂੰ ਵੇਖ ਲੈਂਦੇ ਮੈਂ ਵੀ ਤਾਂ ਖੁਸ਼ ਰਹਿਣੀ ਆ ਵਿਗਿਆਨੀ ਕਹਿੰਦੇ ਬਿਜਲੀ ਨਾਲ ਲੱਗਦੀਆਂ ਸੀ ਜੇ ਤੁਹਾਨੂੰ ਵੇਖ ਲੈਂਦੇ ਹਰਮਨ ਜੀ ਮਾਨਸੇ ਦੇ ਵਿੱਚ ਪਿੰਡ ਹੈਗਾ ਕਿ ਜੋਗਾ ਜੀ ਇਸ ਪਿੰਡ ਦੀ ਕੁੜੀ ਅੰਜਲੀ ਹੂੰ ਇਹ ਕੁੜੀ ਨਾ ਫੁੱਟਬਾਲ ਦੀ ਰਾਸ਼ਟਰੀ ਪੱਧਰ ਦੀ ਖਿਡਾਰਨੀ ਸੀ ਜੀ ਇਹਨੇ ਉਮਰ ਵਰਗ 14 ਦੇ ਵਿੱਚ ਵੀ ਕਈ ਮੁਕਾਬਲੇ ਜਿੱਤੇ ਨੈਸ਼ਨਲ ਪੱਧਰ ਦੀ ਖਿਡਾਰਨੀ ਸੀਗੀ ਪਰ ਨਾ ਇਸ ਵਿਚਾਰੀ ਦੀ ਮੌਤ ਹੋ ਗਈ ਆ ਪਿਛਲੇ ਦਿਨੀ ਇਹਨੇ ਖੰਗ ਜ਼ੁਕਾਮ ਵਾਲੀ ਇੱਕ ਦਵਾਈ ਲਈ ਪਰ ਭੁਲੇਖੇ ਦੇ ਨਾਲ ਇਹਨੇ ਗਲਤ ਦਵਾਈ ਪੀ ਲਈ ਓਹੋ ਉਸ ਤੋਂ ਬਾਅਦ ਇਹਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅੱਛਾ ਜੀ ਪਰ ਉੱਥੋਂ ਇਹਦਾ ਖੇਡ ਪ੍ਰੇਮ ਜਿਹੜਾ ਬਾਹਰ ਨਿਕਲ ਕੇ ਆਇਆ ਨਾ ਭਾਵੇਂ ਉਹ ਦੁਨੀਆਂ ਦੇ ਉੱਤੇ ਨਹੀਂ ਰਹੀ ਪਰ ਅੰਜਲੀ ਦੇ ਖੇਡ ਪ੍ਰੇਮ ਨੇ ਇਹ ਦੱਸ ਦਿੱਤਾ ਕਿ ਭਾਵੇਂ ਬੰਦਾ ਕੋਈ ਗਰੀਬ ਘਰ ਦੇ ਵਿੱਚ ਪੈਦਾ ਕਿਉ ਨਾ ਹੋਇਆ ਹੋਵੇ ਜੇਕਰ ਉਹਦੇ ਅੰਦਰ ਕੁਝ ਕਰਦ ਖੋੜ ਦਾ ਜਨੂਨ ਹੋਵੇ ਨਾ ਤਾਂ ਉਹ ਕਰ ਸਕਦਾ ਤੇ ਜੇਕਰ ਇਹ ਕੁੜੀ ਜਉਂਦੀ ਰਹਿੰਦੀ ਤਾਂ ਸ਼ਾਇਦ ਫੁੱਟਬਾਲ ਦੀ ਖੇਡ ਦੇ ਵਿੱਚ ਬਹੁਤ ਵੱਡੀਆਂ ਮੱਲਾ ਮਾਰਦੀ ਪਤਾ ਲੱਗਾ ਜੀ ਕਿ ਜਦੋਂ ਇਹਨੂੰ 6-7 ਦਿਨ ਹੋ ਗਏ ਉੱਥੇ ਪਈ ਨੂੰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ ਤਾਂ ਇਹਦਾ ਕੋਚ ਉੱਥੇ ਗਿਆ ਇਹਨੇ ਆਪਣੇ ਕੋਚ ਨੂੰ ਇਹ ਗੱਲ ਕਹੀ ਕਿ ਮੈਨੂੰ ਨਾ ਵਰਦੀ ਚਾਹੀਦੀ ਆ ਜਿਹੜੀ ਪਾ ਕੇ ਖੇਡਦੀ ਸੀ ਮੈਂ ਜਰਸੀ ਉਹਦੀ ਜਰਸੀ ਚਾਹੀਦੀ ਆ ਤੇ ਨਾਲ ਮੈਨੂੰ ਚਾਹੀਦੀ ਆ ਆਪਣੇ ਮੈਦਾਨ ਦੀ ਜਿਹੜੇ ਮੈਦਾਨ 'ਚ ਮੈਂ ਖੇਡਦੀ ਰਹੀ ਆ ਉਹਦੀ ਮਿੱਟੀ ਉਹਨੇ ਲਿਆ ਕੇ ਉਹ ਦਿੱਤੀ ਉਹਨੇ ਵਰਦੀ ਵੀ ਦਿੱਤੀ ਇਸ ਕੁੜੀ ਨੇ ਵਰਦੀ ਪਾ ਲਈ ਜੀ ਮਿੱਟੀ ਵੀ ਦਿੱਤੀ ਇਸ ਕੁੜੀ ਨੇ ਮਿੱਟੀ ਫੜ ਕੇ ਚੁੰਮੀ ਤੇ ਮੱਥੇ ਨੂੰ ਲਾਈ ਆ ਤੇ ਕੁਝ ਕੁ ਸਮੇਂ ਬਾਅਦ ਇਹਦੀ ਮੌਤ ਹੋ ਗਈ ਆ ਓਹੋ ਇਦਾਂ ਵੀ ਹੁੰਦਾ ਬੰਦਾ ਕਿੰਨਾ ਜਨੂਨੀ ਹੋ ਸਕਦਾ ਬੰਦੇ ਦੇ ਅੰਦਰ ਖੇਡ ਦੇ ਪ੍ਰਤੀ ਕਿੰਨੀ ਵੱਡੀ ਭਾਵਨਾ ਹੋ ਸਕਦੀ ਹੈ ਕਿੰਨਾ ਉਹਦਾ ਸਮਰਪਣ ਹੋ ਸਕਦਾ ਇਹ ਅੰਜਲੀ ਤੋਂ ਪਤਾ ਲੱਗਦਾ ਵਾਕਈ ਮੇਰੇ ਲੂੰ ਕੰਡੇ ਖੜੇ ਹੋ ਗਏ ਇਸ ਗੱਲ ਨੂੰ ਸੁਣ ਕੇ ਔਰ ਇਹ ਜਿਹੜੀ ਬੱਚੀ ਹੈ ਦੇਖੋ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਤ ਸੀ ਇਹ ਸਿਰਫ ਪੌਣਾ ਕਿੱਲਾ ਜ਼ਮੀਨ ਸੀ ਇਹਨਾਂ ਦੇ ਕੋਲ ਔਰ ਖੇਡਾਂ ਦੇ ਵਿੱਚ ਕੁਝ ਕਰ ਦਿਖਾਉਣਾ ਚਾਹੁੰਦੀ ਸੀ ਪਰ ਵਾਕਈ ਇਹਦੇ ਜਨੂਨ ਦੀਆਂ ਇਹਦੇ ਜਜ਼ਬੇ ਦੀਆਂ ਅਜ ਹਰ ਥਾਂ ਗੱਲਾਂ ਹੁੰਦੀਆਂ ਪਈਆਂ ਕਿ ਇੰਨਾ ਖੇਡ ਪ੍ਰੇਮ ਕੋਈ ਆਪਣੀ ਖੇਡ ਨੂੰ ਇੰਨਾ ਪ੍ਰੇਮ ਕਰ ਸਕਦਾ ਹੈ ਵੀ ਉਹਨੇ ਮਿੱਟੀ ਜਿਹੜੀ ਆ ਉਹ ਮੱਥੇ ਉਲਾਈ ਤੇ ਉਸ ਤੋਂ ਕੁਝ ਸਮੇਂ ਬਾਅਦ ਉਸ ਬੱਚੀ ਦੀ ਮੌਤ ਹੋ ਗਈ ਸੋਚੋ ਉਹਦੇ ਮਨ ਦੇ ਵਿੱਚ ਕਿੰਨੇ ਸੁਪਨੇ ਹੋਣਗੇ ਕਿੰਨੀਆਂ ਉਮੀਦਾਂ ਹੋਣਗੀਆਂ ਪਰ ਅਫਸੋਸ ਹੈ ਕਿ ਉਹ ਬਚ ਨਹੀਂ ਸਕੇ ਬਿਲਕੁਲ ਬੜੀ ਦੁੱਖ ਦੀ ਗੱਲ ਆ ਪਿਛਲੇ ਦਿਨੀ ਇੱਕ ਗੀਤ ਨਾਂ ਦੀ ਕੁੜੀ ਆ ਜਿਹੜੀ ਗੁਰਪ੍ਰੀਤ ਗੀਤ ਗੁਰਪ੍ਰੀਤ ਗੀਤ ਉਹਦੀ ਮੌਤ ਹੋਈ ਸੀ ਤੇ ਉਹਦੀ ਪਹਿਲੀ ਕਿਤਾਬ ਆ ਜਿਹੜੀ ਉਹਦੇ ਮੌਤ ਤੋਂ ਬਾਅਦ ਸਾਹਮਣੇ ਆਈ ਤੇ ਉਹ ਵੀ ਮੈਨੂੰ ਬੜਾ ਦੁੱਖ ਹੋਇਆ ਉਸ ਮੌਕੇ ਵੀ ਇਸ ਕੁੜੀ ਨੇ ਹੋ ਸਕਦਾ ਜੇਕਰ ਜਿਉਂਦੀ ਰਹਿੰਦੀ ਤਾਂ बतौर ਕਵਿਤਰੀ ਪਤਾ ਨਹੀਂ ਕਿੰਨਾ ਕ ਨਾਮਣਾ ਕੱਟਣਾ ਸੀ ਸੋ ਇਸ ਕਰਕੇ ਇਹੋ ਜੀਆਂ ਖਬਰਾਂ ਜਿਹੜੀਆਂ ਉਹ ਅੰਦਰੇ ਨੂੰ ਝੋੜ ਦਿੰਦੀਆਂ ਕਿ ਪ੍ਰਤਿਭਾવાન ਲੋਕ ਪ੍ਰਤਿਭਾવાન ਕੁੜੀਆਂ ਮੁੰਡੇ ਜਿਹੜੇ ਕਿ ਕੁਝ ਕਰ ਸਕਦੇ ਆ ਭਵਿੱਖ ਦੇ ਵਿੱਚ ਅੱਗੇ ਜਾ ਕੇ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਨਾ ਤੇ ਉਹਨਾਂ ਦੀ ਮੌਤ ਦੇ ਨਾਲ ਗੱਲਾਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਕਿ ਇਹਨਾਂ ਦੇ ਅੰਦਰ ਜਨੂਨ ਕਿੰਨਾ ਸੀ ਲਿਖਣ ਦੇ ਲਈ ਖੇਡਣ ਦੇ ਲਈ ਪੜ੍ਹਾਈ ਦੇ ਲਈ ਜਾਂ ਹੋਰ ਕੰਮਕਾਜ ਦੇ ਲਈ ਤਾਂ ਬੰਦੇ ਦਾ ਗੱਜਪੜ ਆਉਂਦਾ ਬਿਲਕੁਲ ਸਹੀ ਹੈ ਟਾਣਾ ਸਾਹਿਬ ਨਾਲ ਦੀ ਨਾਲ ਇਹ ਦੁੱਖ ਵੀ ਹੁੰਦਾ ਕਿ ਤਨਾ ਕਿਤੇ ਕਿ ਅੱਜ ਵੀ ਸਾਡੇ ਜੇ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਏ ਤਾਂ ਉਹ ਇੰਨੀਆਂ ਕਾਰਗਰ ਨਹੀਂ ਹੈਗੀਆਂ ਕਿ ਅਸੀਂ ਕਹੀਏ ਵੀ ਹਾਂ ਬਈ ਕੁਝ ਵੀ ਹੋ ਜਾਊਗਾ ਤੇ ਕੋਈ ਗੱਲ ਨਹੀਂ ਡਾਕਟਰ ਹਸਪਤਾਲ ਸਾਨੂੰ ਬਚਾ ਲੈਣਗੇ ਹਨਾ ਕਿ ਤਨਾ ਕਿਤੇ ਸਿਹਤ ਜਿਹੜੇ ਪ੍ਰਬੰਧ ਨੇ ਉਹਨਾਂ ਨੂੰ ਲੈ ਕੇ ਵੀ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਉਹਨੀਆਂ ਨੇ ਜਿਹੜੀਆਂ ਤੁਹਾਨੂੰ ਹੋਰ ਡਰਾ ਦਿੰਦੀਆਂ ਨੇ ਹੋਰ ਚਿੰਤਾ ਦੇ ਵਿੱਚ ਪਾ ਦਿੰਦੀਆਂ ਨੇ ਪਰ ਚਲੋ ਅਸੀਂ ਆਸ ਕਰਦੇ ਹਾਂ ਕਿ ਸ਼ਾਇਦ ਸਮਾਂ ਰਹਿੰਦਿਆਂ ਇਹ ਚੀਜ਼ਾਂ ਠੀਕ ਹੋ ਜਾਣਗੀਆਂ ਸ਼ਾਇਦ ਹੌਲੀ-ਹੌਲੀ ਸਹੀ ਸੁਧਾਰ ਜਿਹੜੇ ਆਉ ਸਿਹਤ ਮਾਮਲਿਆਂ ਦੇ ਵਿੱਚ ਵੀ ਜ਼ਰੂਰ ਹੋਣਗੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਹੋਣਗੇ ਬਹੁਤ ਦੁੱਖ ਹੈ ਕਿ ਇਹਨਾਂ ਦੋਵਾਂ ਬੱਚੀਆਂ ਦੇ ਨਾਲ ਆ ਇੱਕ ਤਾਂ ਇੱਕ ਪਾਸੇ ਤਾਂ ਇਹ ਦੋ ਬੱਚੀਆਂ ਜੀ ਦੂਜੇ ਪਾਸੇ ਛੰਡੇਰ ਕਲਾਂ ਦੇ ਕੋਲੇ ਇੱਕ ਪਿੰਡ ਆ ਜੀ ਉਥੇ ਪ੍ਰੇਮੀ ਤੇ ਪ੍ਰੇਮਿਕਾ ਨੇ ਦਰਖਤ ਦੇ ਉੱਤੇ ਫਾਹ ਲਿਆ ਕਿਉਂ ਉਹਨਾਂ ਨੂੰ ਪੜ ਕੇ ਖਬਰ ਉਹਨਾਂ ਦੀ ਮੈਨੂੰ ਬੇਹੱਦ ਦੁੱਖ ਹੋਇਆ ਵੀ ਤੁਸੀਂ ਪ੍ਰੇਮੀ ਪ੍ਰੇਮਿਕਾ ਹੋ ਮੁੰਡਾ 24 ਸਾਲ ਦਾ ਕੁੜੀ 19 ਸਾਲ ਦੀ ਆ ਕਹਿੰਦੇ ਸਾਡਾ ਵਿਆਹ ਨਹੀਂ ਸੀ ਹੁੰਦਾ ਦਰਖਤ ਦੇ ਨਾਲ ਲਟਕਦੀਆਂ ਹੋਈਆਂ ਤੜਕੀਆਂ ਉਹਨੀਆਂ ਲਾਸ਼ਾਂ ਮਿਲੀਆਂ ਵੀ ਤੁਸੀਂ ਆਪ ਤਾਂ ਮਰ ਗਏ ਹੋ ਪਰ ਆਪਣੇ ਮਾਪਿਆਂ ਨੂੰ ਜਿਉਂਦੇ ਜੀ ਮਾਰਗੇ ਜੀ ਜਦੋਂ ਮਾਪਿਆਂ ਨੂੰ ਆਪਣੀ ਜਵਾਨ ਔਲਾਦ ਨੂੰ ਮੋੜਾ ਦੇਣਾ ਪੈਂਦਾ ਨਾ ਉਹ ਅੰਦਰੋਂ ਮਰ ਜਾਂਦੇ ਆ ਜੱਗ ਦੇ ਬਿਨੇ ਸਾਰੀ ਉਮਰ ਉਹਨਾਂ ਨੂੰ ਤੰਗ ਕਰਦੇ ਆ ਬਿਲਕੁਲ ਸਹੀ ਦੂਸਰੇ ਬੰਨੇ ਜੱਗ ਦੇ ਮਿਹਣੇ ਜਿਹੜੇ ਆ ਨਾ ਇਹ ਤਾਂ ਵੈਸੇ ਹੀ ਨਹੀਂ ਟਿਕਣ ਦਿੰਦੇ ਤਣਾ ਸਭ ਲੋਕੀ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ 3600 ਆਪਣੇ ਕੋਲੋਂ ਜੋੜਨਗੇ ਇਦਾਂ ਨਹੀਂ ਇਦਾਂ ਸੀ ਇਦਾਂ ਨਹੀਂ ਇਦਾਂ ਸੀ ਉਹ ਸਾਡੀ ਆਦਤ ਆ ਪੁਰਾਣੀ ਹੈ ਨਾ ਤੇ ਉਹਦੇ ਕਰਕੇ ਮਾਪਿਆਂ ਦਾ ਤਾਂ ਜਿਉਂਦੇ ਜੀ ਮਰਨ ਹੋ ਜਾਂਦਾ ਇਹੋ ਜਿਹੀਆਂ ਖਬਰਾਂ ਅਖਬਾਰਾਂ ਦੇ ਵਿੱਚ ਪੜ੍ਹ ਕੇ ਬਹੁਤ ਦੁੱਖ ਹੁੰਦਾ ਪਤਾ ਨਹੀਂ ਕਦੋਂ ਇਹਨਾਂ ਸਾਰੀਆਂ ਵੀ ਇਹ ਖਤਮ ਹੋਣ ਗਿਆ ਕਦੋਂ ਫੁੱਲ ਸਟਾਪ ਲੱਗੇਗਾ ਛੇਤੀ ਲੱਗੇ ਇਸ ਚੀਜ਼ ਦੀ ਅਸੀਂ ਆਸ ਕਰਦੇ ਹਾਂ ਸੋ ਸਾਡੀ ਜੀ ਬੇਨਤੀ ਹੈ ਪੰਜਾਬ ਦੀ ਜਵਾਨੀ ਨੂੰ ਮੁੰਡੇ ਕੁੜੀਆਂ ਨੂੰ ਕਿ ਕੁਝ ਇਹੋ ਜਿਹਾ ਕਰੋ ਕਿ ਤੁਹਾਡੇ ਮਾਪਿਆਂ ਦਾ ਨਾਮ ਰੌਸ਼ਨ ਹੋਵੇ ਤੁਹਾਡੇ ਪਿੰਡ ਨਗਰ ਖੇੜੇ ਦਾ ਨਾਮ ਰੌਸ਼ਨ ਹੋਵੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਹੋਵੇ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਉੱਚੇ ਮਕਾਮ ਤੱਕ ਪਹੁੰਚੋ ਪਰ ਜ਼ਿੰਦਗੀ ਦੇ ਵਿੱਚ ਜਦੋਂ ਅਲੜ ਉਮਰ ਦੇ ਵਿੱਚ ਕੋਈ ਗਲਤ ਫੈਸਲਾ ਨਾ ਕਰਿਆ ਕਰੋ ਉਹਦੇ ਕਰਕੇ ਸਾਰੀ ਉਮਰ ਦਾ ਪਛਤਾਵਾ ਤੁਹਾਡੇ ਮਾਪਿਆਂ ਦੀ ਝੋਲੀ 'ਚ ਪੈ ਜਾਂਦਾ। ਬਿਲਕੁਲ ਸਹੀ। ਸੋ ਬਾਕੀ ਇਸੇ ਗੱਲ ਦੇ ਨਾਲ ਹੀ ਹੁਣ ਪ੍ਰੋਗਰਾਮ ਨੂੰ ਸਮੇਟਦੇ ਹਾਂ ਜੀ ਜਾਣ ਦਾ ਹੋ ਗਿਆ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਛੱਡ ਤੇ ਪਹੁੰਚਾਇਓ ਦੋਵਾਂ ਨੂੰ ਦੇ ਇਜਾਜ਼ਤ ਸਾਸਤ੍ਰੀ ਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ। ਮਾਦੀ ਹਾਜ਼ਰ ਹੈ। ਚੰਚ ਦਾ ਵਿਚਾਰ।